ਆਓ ਜਿੰਨਾ ਕੁ ਸਮਾਂ ਸਤਿਗੁਰ ਕਿਰਪਾ ਕਰਦੇ ਹੈ ਪਿਆਰ ਸਤਿਕਾਰ ਔਰ ਸ਼ਰਧਾ ਦੇ ਨਾਲ ਗੁਰੂ ਘਰ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਗੁਰਮੁਖ ਮੇਰੇ ਮਾਲਕ ਨੇ ਕੁਛ ਸਮਾਂ ਹੀ ਐਸਾ ਬਣਾਇਆ, ਖੇਡ ਐਸੀ ਰਚੀ, ਹੁਣ ਤਾਂ ਹਰ ਬੰਦੇ ਨੂੰ ਮੌਤ ਹੀ ਦਿਖਦੀ ਹੈ। ਗੁਰਮੁਖ ਅੱਜ ਜਿਹੜੇ ਹਾਲਾਤ ਚੱਲ ਰਹੇ ਹੈ, ਕਰੋਨਾ ਮਹਾਂਮਾਰੀ ਦਾ ਸੰਤਾਪ ਆਪਾਂ ਸਾਰੇ ਹੀ ਭੋਗ ਰਹੇ ਹਾਂ। ਜੋ ਪ੍ਰਸ਼ਾਸਨ ਨੇ ਸਾਨੂੰ ਹਦਾਇਤਾਂ ਦਿੱਤੀਆਂ, ਨਿਯਮ ਬਣਾਏ ਜਾ ਰਹੇ ਨੇ, ਉਹਨਾਂ ਦਾ ਵੀ ਪਾਲਣ ਕਰਨਾ ਹੈ। ਅਤੇ ਨਾਲ ਨਾਲ ਗੁਰਮੁਖ ਪਿਆਰਿਓ, ਆਪਣਾ ਅਤੇ ਦੂਜਿਆਂ ਦਾ ਬਚਾਅ ਵੀ ਜ਼ਰੂਰੀ ਹੈ। ਜਿਹੜੀਆਂ ਨਾਮਰਾਦ ਬਿਮਾਰੀਆਂ ਜਾਂ ਮਾੜੇ ਸਮੇਂ ਸਾਨੂੰ ਦੇਖਣ ਨੂੰ ਮਿਲਦੇ ਹੈ, ਇਹਦੇ ਵਿੱਚ ਰੱਬ ਦਾ ਕਸੂਰ ਨਹੀਂ ਹੈ। ਗੁਰਮੁਖੋ, ਕੁਛ ਆਪਣੀਆਂ ਵੀ ਗਲਤੀਆਂ ਹੁੰਦੀਆਂ, ਜਿੰਨੀਆਂ ਵੀ ਬਿਮਾਰੀਆਂ ਨੇ, ਜਦੋਂ ਕਿਤੇ ਆਫਤ ਆਉਂਦੀ ਹੈ ਉਦੋਂ ਆਪਾਂ ਨੂੰ ਯਾਦ ਆਉਂਦਾ ਹੈ। ਵਿਗਿਆਨੀ ਕਹਿੰਦੇ ਨੇ ਇੱਦਾਂ ਕਰੋ, ਇੱਦਾਂ ਕਰੋ, ਜਿਵੇਂ ਹੁਣ ਕਹਿੰਦੇ ਹਾਂ ਵੀ ਦੂਰੀ ਰੱਖੋ, ਕੋਸ਼ਿਸ਼ ਕਰੋ ਹੱਥ ਮਿਲਾਉਣ ਤੋਂ ਸੰਕੋਚ ਕਰੋ। ਗੁਰੂਆਂ ਨੇ ਪਹਿਲਾਂ ਹੀ ਕਹਿਤਾ ਸੀ, ਭਾਈ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਇਆ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਉਹ ਹੋ ਗਿਆ ਸਭ ਕੁਛ। ਗੁਰਮੁਖ ਏਡਜ ਵਰਗੀਆਂ ਨਾ ਮੁਰਾਦ ਬਿਮਾਰੀਆਂ ਜਿੱਥੋਂ ਪ੍ਰਚਲਿਤ ਹੋਈਆਂ, ਇਹਨਾਂ ਵਾਸਤੇ ਵੀ ਮਹਾਰਾਜ ਨੇ ਪਹਿਲਾਂ ਹੀ ਕਿਹਾ ਸੀ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣੈ। ਸੋ ਹਰ ਗੱਲ ਸੱਚੇ ਪਾਤਸ਼ਾਹ ਨੇ ਸਾਨੂੰ ਪਹਿਲਾਂ ਹੀ ਸਮਝਾਈ ਹੋਈ ਹੈ, ਪਰ ਦੁਖੀ ਤਾਂ ਆਪਾਂ ਉਸ ਵਾਹਿਗੁਰੂ ਪਰਮਾਤਮਾ ਦੇ ਨਿਯਮਾਂ ਤੋਂ ਬਾਹਰ ਚਲੇ ਜਾਂਦੇ ਹਾਂ ਗੁਰੂ, ਕਿਉਂਕਿ ਪਰਮੇਸ਼ਰ ਨੇ ਜੋ ਵੀ ਕੁਛ ਬਣਾਇਆ ਹੈ ਉਹ ਆਪਣੇ ਸੰਸਾਰੀ ਜੀਵਾਂ ਦੇ ਭਲੇ ਵਾਸਤੇ ਬਣਾਇਆ। ਪਰ ਕੁਛ ਲੋਕ ਉਹ ਆਏ ਜਿਨ੍ਹਾਂ ਨੇ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਨੂੰ ਵਰਤਿਆ, ਪਰ ਜਿਹੜਾ ਨਿਯਮ ਉਹਨੇ ਬਣਾਇਆ ਉਹ ਤੋਂ ਉਲਟ ਹੋ ਗਏ। ਗੁਰਮੁਖ ਉਹਦੇ ਨਿਯਮ ਤੋਂ ਕੋਈ ਬਾਹਰ ਨਾ ਜਾਵੇ, ਇਹੀ ਗੱਲਾਂ ਸਾਨੂੰ ਸਮਝਾਉਣ ਵਾਸਤੇ ਸਾਡੇ ਗੁਰੂ ਸਾਹਿਬਾਨ ਭਗਤ ਸੰਤ ਮਹਾਂਪੁਰਸ਼ ਸੰਸਾਰ ਵਿੱਚ ਆਏ। ਗੁਰਮੁਖ ਜਿਨ੍ਹਾਂ ਨੇ ਸਮੇਂ ਸਮੇਂ 'ਤੇ ਸਾਨੂੰ ਸਮਝਾਇਆ, ਭਾਈ ਜਿਹੜੀ ਸ੍ਰਿਸ਼ਟੀ ਮਾਲਕ ਨੇ ਸਾਜੀ ਹੈ ਇਹਦੇ ਵਿੱਚ ਵੰਡੀਆਂ ਨਾ ਪਾਓ, ਲੋੜਵੰਦ ਦੀ ਮਦਦ ਕਰੋ, ਸੱਚਾ ਸੁੱਚਾ ਜੀਵਨ ਬਤੀਤ ਕਰੋ। ਇਹੀ ਗੁਰੂਆਂ ਨੇ ਸੰਤਾਂ ਮਹਾਂਪੁਰਸ਼ਾਂ ਭਗਤਾਂ ਨੇ ਸਾਨੂੰ ਉਪਦੇਸ਼ ਦਿੱਤਾ। ਕਿਰਤ ਕਰਨੀ ਹੈ, ਕਿਰਤ ਦੇ ਨਾਲ ਨਾਲ ਮਾਲਕ ਦਾ ਨਾਮ ਵੀ ਜ਼ਰੂਰ ਜਪਣਾ। ਸੋ ਜਿਹੜੇ ਨਾਮ ਨਹੀਂ ਜਪਦੇ, ਭਜਨ ਨਹੀਂ ਕਰਦੇ, ਉਹਨਾਂ ਦਾ ਸੰਸਾਰ 'ਤੇ ਆਉਣਾ ਹੀ ਬੇਅਰਥ ਹੈ। ਗੁਰਮੁਖ ਆ ਹੁਣੇ ਹੁਣੇ ਕੁਝ ਸਮਾਂ ਪਹਿਲਾਂ ਗ੍ਰੰਥੀ ਸਿੰਘਾਂ ਨੇ ਨੌਵੇਂ ਮਹੱਲੇ ਦੇ ਸਲੋਕ ਪੜ੍ਹੇ, ਗੁਰੂ ਤੇਗ ਬਹਾਦਰ ਜੀ ਦੀ ਬਾਣੀ। ਲਓ ਆਪਾਂ ਵੀ ਵਿਚਾਰ ਕਰੀਏ, ਨੌਵੇਂ ਮਹੱਲੇ ਦੇ ਸਲੋਕ ਸੁਣਿਓ, ਇਹ ਬਾਣੀ ਗੁਰੂ ਤੇਗ ਬਹਾਦਰ ਜੀ ਨੇ ਉਚਾਰੀ ਹੈ। ਗੁਰਮੁਖ
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲ ਵਿਖੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਦੀ ਪਾਵਨ ਕੁੱਖੋਂ 1621 ਨੂੰ ਅਵਤਾਰ ਧਾਰਿਆ ਸੀ ਗੁਰਮੁਖ। ਆਹ ਕੁਛ ਦਿਨ ਹੋਏ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਲੰਘ ਕੇ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸਮੁੱਚੇ ਸੰਸਾਰ ਨੇ ਸ਼ਰਧਾ ਭਾਵਨਾ ਨਾਲ ਮਨਾਇਆ। ਜਿਨ੍ਹਾਂ ਨੂੰ ਕਹਿੰਦੇ ਹਾਂ ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਇ। ਸਿੱਖਾਂ ਦੀ ਤਾਂ ਮਦਦ ਕੀਤੀ ਕੀਤੀ, ਜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਿੰਦੂ ਵੀਰ ਆ ਗਏ ਵੀ ਮਹਾਰਾਜ ਸਾਡੇ ਧਰਮ ਨੂੰ ਖਤਰਾ ਹੈ, ਤਾਂ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਮਦਦ ਲਈ ਵੀ ਤੁਰੇ, ਆਪਣਾ ਆਪ ਕੁਰਬਾਨ ਕਰਤਾ। ਆਖੋ ਸਤਨਾਮ, ਫਿਰ ਆਖੋ ਜੀ ਸਤਨਾਮ। ਸਤ ਸੰਗਤ ਜੀ, ਜਿਹੜਾ ਅਨੰਦਪੁਰ ਸਾਹਿਬ ਹੈ ਨਾ, ਇਹਦਾ ਪਹਿਲਾ ਨਾਮ ਸੀ ਮਾਖੋਵਾਲ। ਭੀਮ ਚੰਦ ਦੇ ਪਿਤਾ ਤੋਂ ਖਰੀਦੀ ਸੀ ਜਗ੍ਹਾ ਗੁਰੂ ਤੇਗ ਬਹਾਦਰ ਜੀ ਨੇ। ਭੀਮ ਚੰਦ ਤਾਂ ਉਦੋਂ 12 ਸਾਲ ਦਾ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਉਹ ਮਾਖੋਵਾਲ ਦੀ ਜਗ੍ਹਾ ਖਰੀਦੀ ਸੀ। ਉਹਦਾ ਕਾਰਨ ਇਹ ਸੀ, ਭੀਮ ਚੰਦ ਦੇ ਦਾਦਾ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਿਹਾਅ ਕਰਾਇਆ ਸੀ, ਜਿਹਦਾ ਕਰਕੇ ਉਹ ਜਗ੍ਹਾ ਦੇਣੀ ਪਈ ਗੁਰਮੁਖ। ਇਹ ਖਾਲਸੇ ਦੀ ਜਨਮ ਭੂਮੀ ਵੀ ਹੈ ਸ਼੍ਰੀ ਅਨੰਦਪੁਰ ਸਾਹਿਬ, ਕਿਉਂਕਿ ਉੱਥੇ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਹੋਲਾ ਮਹੱਲਾ ਉੱਥੋਂ ਸ਼ੁਰੂ ਕੀਤਾ ਸੀ। ਅਤੇ ਇਹ ਵੀ ਯਾਦ ਰੱਖਣਾ ਹੈ, ਇਹ ਹਿੰਦੂਆਂ ਦੀ ਰੱਖਿਅਕ ਭੂਮੀ ਵੀ ਹੈ, ਕਿਉਂਕਿ ਉੱਥੇ ਹੀ ਆਏ ਸੀ ਜਿੱਥੇ ਗੁਰਦੁਆਰਾ ਭੋਰਾ ਸਾਹਿਬ ਬਣਿਆ ਹੋਇਆ ਨਾ। ਹਿੰਦੂ ਵੀਰ ਕਸ਼ਮੀਰ ਤੋਂ ਚੱਲ ਕੇ ਅਨੰਦਪੁਰ ਸਾਹਿਬ ਹੀ ਆਏ ਸੀ ਕਿ ਮਹਾਰਾਜ ਸਾਡਾ ਧਰਮ ਖਤਰੇ ਵਿੱਚ ਹੈ। ਅਤੇ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦਾ ਧਰਮ ਬਚਾਇਆ, ਹੋ ਰਹੇ ਜਬਰ ਜ਼ੁਲਮ ਨੂੰ ਰੋਕਣ ਦੇ ਵਾਸਤੇ ਮਹਾਨ ਕੁਰਬਾਨੀ ਕੀਤੀ, ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮਹਿ ਸਾਕਾ। ਕਲਯੁੱਗ ਦਾ ਵੱਡਾ ਸਾਕਾ ਸੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ। ਸੋ ਗੁਰੂ ਤੇਗ ਬਹਾਦਰ ਜੀ ਦੇ ਬਚਨ ਆਪਾਂ ਸਾਂਝੇ ਕਰਨੇ ਆ। ਪਹਿਲਾਂ ਗੁਰੂ ਜੀ ਬਾਰੇ ਜਾਣ ਲਓ। ਮਾਤਾ ਨਾਨਕੀ ਦੀ ਪਾਵਨ ਕੁੱਖੋਂ ਗੁਰੂ ਤੇਗ ਬਹਾਦਰ ਜੀ ਨੇ ਅਵਤਾਰ ਧਾਰਿਆ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮੱਲ ਜੀ, ਬਾਬਾ ਅਨੀ ਰਾਏ ਜੀ, ਬਾਬਾ ਅਟਲ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ, ਇਹ ਪੰਜ ਭਰਾ ਸੀ। ਇੱਕ ਇਹਨਾਂ ਦੀ ਭੈਣ ਜਿਹਦਾ ਨਾਮ ਇਤਿਹਾਸ ਵਿੱਚ ਬੀਬੀ ਵੀਰੋ ਦੱਸਿਆ ਗੁਰਮੁਖ। ਸੋ ਸਾਰੇ ਪਰਿਵਾਰ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਰਧਾ ਭਾਵਨਾ ਨਾਲ ਪਾਲਣਾ ਕੀਤੀ, ਪਰ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸੁਭਾਅ ਸੀ ਇਹ ਸ਼ੁਰੂ ਤੋਂ ਹੀ ਵੈਰਾਗ ਵਾਲਾ ਸੀ ਗੁਰਮੁਖ। ਨਾ ਕਿਸੇ ਨਾਲ ਬਹੁਤੀ ਗੱਲ ਕਰਨੀ, ਹਰ ਵੇਲੇ ਪਰਮਾਤਮਾ ਦੇ ਭਜਨ ਸਿਮਰਨ ਵਿੱਚ ਲੱਗੇ ਰਹਿਣਾ। ਤਾਂ ਹੀ ਤਾਂ ਦੇਖੋ ਜ਼ਿਆਦਾਤਰ ਸਮਾਂ ਭਗਤੀ 'ਚ ਹੀ ਬਤੀਤ ਕੀਤਾ। ਪਹਿਲਾਂ ਅੰਮ੍ਰਿਤਸਰ ਰਹੇ, ਉਦੋਂ ਬਾਅਦ ਗੁਰਮੁਖ ਪਿਆਰਿਓ ਕਰਤਾਰਪੁਰ ਸਾਹਿਬ ਚਲੇ ਗਏ, ਫਿਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਛੱਡਣ ਤੋਂ ਬਾਅਦ
26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ ਭੋਰੇ ਵਿੱਚ ਬਹਿ ਕੇ ਤਪ ਕੀਤਾ ਆਖੋ ਸਤਨਾਮ। ਅਤੇ ਜਦੋਂ ਮਹਾਰਾਜ ਉੱਥੇ ਤਪ ਕਰਦੇ ਹੁੰਦੇ ਕਹਿੰਦੇ ਇੰਨਾ ਵੈਰਾਗ ਆ ਜਾਂਦਾ ਸੀ, ਮਾਤਾ ਗੁਜਰੀ ਜੀ ਮੂਹਰੇ ਕੁੱਜਾ ਧਰ ਦਿੰਦੇ ਅਤੇ ਸ਼ਾਮ ਤੱਕ ਨੇਤਰਾਂ ਦੇ ਵਿੱਚੋਂ ਹੰਝੂ ਵਹਿ ਵਹਿ ਕੇ ਕੁੱਜਾ ਜਲ ਨਾ ਭਰ ਜਾਂਦਾ ਸੀ ਆਖੋ ਸਤਨਾਮ। ਤਾਂ ਹੀ ਤਾਂ ਜਦੋਂ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ ਗੁਰਮੁਖ ਪਿਆਰਿਓ, ਹੁਣ ਵੀ ਮਨ ਵੈਰਾਗੀ ਹੋ ਜਾਂਦਾ ਹੈ, ਵੈਰਾਗ ਦੇ ਬਚਨ ਨੇ ਸਾਰੇ, ਕਿਉਂਕਿ ਉਹ ਵੈਰਾਗੀ ਹਿਰਦੇ ਦੇ ਵਿੱਚੋਂ ਨਿਕਲੇ ਹੋਏ ਬਚਨ ਹੈ। ਗੁਰਮੁਖ ਮੱਖਣ ਸ਼ਾਹ ਲੁਬਾਣੇ ਨੇ ਬਾਬੇ ਬਕਾਲੇ ਦੀ ਧਰਤੀ 'ਤੇ ਗੁਰੂ ਲਾਧੋ ਰੇ ਕਹਿ ਕੇ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ ਸੀ। ਅਤੇ ਸ੍ਰੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਜਗ੍ਹਾ ਮੁੱਲ ਖਰੀਦ ਕੇ ਆਪ ਵਸਾਇਆ ਸੀ। ਅਤੇ ਉਹਨਾਂ ਦੀ ਪਵਿੱਤਰ ਬਾਣੀ ਹੈ ਜਿਹੜੇ 9ਵੇਂ ਮਹੱਲੇ ਦੇ ਸਲੋਕ ਹੈ। ਸੋ ਲਓ ਸਲੋਕਾਂ ਦੀ ਵਿਆਖਿਆ ਮਹਾਰਾਜ ਦੀ ਕਿਰਪਾ ਨਾਲ ਆਪਾਂ ਸਾਂਝੀ ਕਰਨੀ ਹੈ। ਕੋਸ਼ਿਸ਼ ਕਰਿਓ ਇਹ ਜਿੰਨਾ ਕੁ ਸਮਾਂ ਆਪਾਂ ਇੱਥੇ ਬੈਠਣਾ ਗੁਰਮੁਖ ਪਿਆਰਿਓ ਇਹ ਵੀ ਭਗਤੀ ਬਣ ਜਾਵੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਲਓ ਸੁਣੋ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਪਾਵਨ ਬਾਣੀ ਵਿੱਚ ਕੀ ਬਚਨ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ 9ਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਤੋਂ ਪਹਿਲਾਂ ਪਰਮਾਤਮਾ ਨੂੰ ਯਾਦ ਕੀਤਾ ਹੈ ਕਿ ਪਰਮੇਸ਼ਰ ਇੱਕ ਹੈ। ਉਹਨੂੰ ਜੇ ਮਿਲਣਾ ਚਾਹੁੰਦਾ ਉਹਦਾ ਮਿਲਾਪ ਹੋ ਜੂਗਾ ਜੇ ਸੱਚਾ ਗੁਰੂ ਕਿਰਪਾ ਕਰੇ। ਗੁਰੂ ਉਹਦੀ ਕਿਰਪਾ ਕਿਵੇਂ ਹੁੰਦੀ ਹੈ? ਮਹਾਰਾਜ ਕਹਿੰਦੇ ਨੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਕਹਿੰਦੇ ਭਾਈ ਸੰਸਾਰ ਵਿੱਚ ਆਇਆ ਅਤੇ ਸੰਸਾਰ ਵਿੱਚ ਰਹਿੰਦਾ ਹੋਇਆ ਉਸ ਰੱਬ ਦੀ ਸਾਜੀ ਹੋਈ ਸ੍ਰਿਸ਼ਟੀ ਦਾ ਸਤਿਕਾਰ ਕਰਿਆ ਕਰ। ਜਿੰਨੀ ਸੇਵਾ ਕਰੇਗਾ ਓਨਾ ਹੀ ਤੇਰੇ 'ਤੇ ਪਰਮਾਤਮਾ ਦੀ ਮਿਹਰ ਹੋਊਗੀ। ਸੋ ਇਸੇ ਕਰਕੇ ਮਹਾਰਾਜ ਨੇ ਪਹਿਲਾਂ ਪਰਮੇਸ਼ਰ ਨੂੰ ਯਾਦ ਕੀਤਾ। ਕਹਿੰਦੇ ਨੇ ਸਲੋਕ ਮਹੱਲਾ 9ਵਾਂ, ਇਹਦਾ ਭਾਵ ਇਹ ਹੈ ਕਿ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਬਾਣੀ ਹੈ ਗੁਰਮੁਖੋਏ। ਸੋ ਅੱਗੇ ਮਹਾਰਾਜ ਕੀ ਦੱਸਦੇ ਹਨ? ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਕਹਿੰਦੇ ਹੇ ਪ੍ਰਾਣੀ, ਜੇ ਤੂੰ ਸੰਸਾਰ ਵਿੱਚ ਉਸ ਮਾਲਕ ਦੇ ਗੁਣ ਨਹੀਂ ਗਾਉਂਦਾ ਤਾਂ ਸਮਝ ਲਾ ਤੇਰਾ ਜੀਵਨ ਬੇਅਰਥਾ ਹੈ। ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕਉ ਮੀਨ। ਜੇ ਹੁਣ ਵਾਹਿਗੁਰੂ ਦੇ ਗੁਣ ਗਾਉਣੇ ਹੈ ਤਾਂ ਫਿਰ ਗਾਈ ਇਸ ਤਰ੍ਹਾਂ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਅਤੇ ਸਿੱਖ ਬਾਣੀ ਬਿਨਾਂ ਨਾ ਰਹਿ ਸਕੇ। ਤਾਂ ਹੀ ਤਾਂ ਆਪਾਂ ਦੇਖੋ ਦੁੱਖ ਸੁੱਖ ਵਿੱਚ ਗੁਰੂ ਮਹਾਰਾਜ ਦਾ ਆਸਰਾ ਤੱਕਦੇ ਹਾਂ। ਗੁਰਮੁਖ ਘਰ ਵਿੱਚ ਮੁੰਡਾ ਜੰਮਿਆ ਕੁੜੀ ਜੰਮੀ ਹੈ ਤਾਂ ਵੀ ਗੁਰਬਾਣੀ ਦਾ ਆਸਰਾ ਤੱਕਦੇ ਹੈ। ਜਦੋਂ ਬੱਚੇ ਜੰਮਦੇ ਹੈ ਨਾ ਉਹਨੂੰ ਕਿਹਾ ਜਾਂਦਾ ਜਨਮ ਸੰਸਕਾਰ ਗੁਰਮੁਖ। ਹੁਣ ਤਾਂ ਮੈਨੂੰ ਮਾਫ਼ ਕਰਿਓ, ਕੁਛ ਲੋਕ ਉਹ ਨੇ ਜਿਹੜੇ ਧਰਮ ਦੀ ਮਰਿਆਦਾ ਹੀ ਭੁੱਲ ਗਏ ਗੁਰਮੁਖ। ਪਰ ਗੁਰੂ ਮਹਾਰਾਜ ਦਾ ਉਪਦੇਸ਼ ਇਹ ਹੈ ਕਿ ਜਦੋਂ ਬੱਚਾ ਬੱਚੀ ਘਰ 'ਚ ਪੈਦਾ ਹੁੰਦਾ ਹੈ
ਉਦੋਂ ਜਾਂ ਤਾਂ ਗ੍ਰੰਥੀ ਸਿੰਘ ਨੂੰ ਘਰ ਬੁਲਾ ਲਓ ਅਤੇ ਜਾਂ ਫਿਰ ਆਪ ਬਾਣੀ ਪੜ੍ਹ ਕੇ ਉਹ ਅੰਮ੍ਰਿਤ ਦੀ ਗੁੜਤੀ ਦੇਣੀ ਹੈ। ਤਿੰਨ ਬਾਣੀਆਂ ਦਾ ਪਾਠ ਕੀਤਾ ਜਾਂਦਾ ਜਦੋਂ ਜਨਮ ਸੰਸਕਾਰ ਵੇਲੇ ਗੁਰਮੁਖ ਪਿਆਰਿਓ ਬੱਚੇ ਨੂੰ ਗੁੜਤੀ ਦਿੱਤੀ ਜਾਂਦੀ ਹੈ। ਜਪਜੀ ਸਾਹਿਬ, ਆਨੰਦ ਸਾਹਿਬ ਅਤੇ ਚੌਪਈ ਸਾਹਿਬ, ਇਹਨਾਂ ਤਿੰਨ ਬਾਣੀਆਂ ਦਾ ਪਾਠ ਕਰਕੇ ਫਿਰ ਉਹ ਅੰਮ੍ਰਿਤ ਬੱਚੇ ਦੇ ਮੁੱਖ ਵਿੱਚ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਹੁਕਮਨਾਮਾ ਲੈਣਾ, ਫਿਰ ਬੱਚੇ ਦਾ ਨਾਮ ਰੱਖਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮਰਿਆਦਾ ਧਰਮ ਦੀ, ਪਰ ਆਪਾਂ ਭੁੱਲ ਜਾਂਦੇ ਹਾਂ। ਪਾਤਸ਼ਾਹ ਕਹਿੰਦੇ ਤੇਰਾ ਜਨਮ ਵੀ ਬਾਣੀ ਤੋਂ ਸ਼ੁਰੂ ਹੋਵੇ। ਵਿਆਹ ਸ਼ਾਦੀ ਹੁੰਦਾ ਹੈ, ਚਾਰ ਲਾਵਾਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਲੈ ਕੇ ਫਿਰ ਉਹਨੂੰ ਵਿਆਹ ਸੰਸਕਾਰ ਆਖਿਆ ਜਾਂਦਾ, ਮਰਿਆਦਾ ਦੱਸੀ ਜਾਂਦੀ ਹੈ। ਗੁਰਮੁਖ ਪਿਆਰਿਓ, ਜਦੋਂ ਕਿਸੇ ਦੀ ਮੌਤ ਹੁੰਦੀ ਹੈ ਉਦੋਂ ਵੀ ਗੁਰਬਾਣੀ ਦਾ ਹੀ ਆਸਰਾ ਤੱਕਿਆ ਜਾਂਦਾ। ਪਾਤਸ਼ਾਹ ਕਹਿੰਦੇ ਨੇ ਸਿੱਖਾ, ਜਿਉਂਦੇ ਜੀ ਵੀ ਕੋਸ਼ਿਸ਼ ਕਰੀ ਤੇਰਾ ਜਿਹੜਾ ਜੀਵਨ ਹੈ ਬਾਣੀ ਅਨੁਸਾਰ ਹੀ ਚੱਲੇ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਗੁਰੂ ਦਾ ਸਿੱਖ ਬਾਣੀ ਤੋਂ ਬਿਨਾਂ ਰਹਿ ਨਾ ਸਕੇ। ਵੇਖਿਆਨ ਸਿਉਂ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਪਾਤਸ਼ਾਹ ਕਹਿੰਦੇ ਸਮਝਾਇਆ ਤਾਂ ਇਹ ਹੈ ਕਿ ਜੀਵਨ ਬਾਣੀ ਦੇ ਦੁਆਲੇ ਚੱਲੇ, ਪਰ ਹੋਇਆ ਕੀ ਆ ਉਹ ਤੁਹਾਨੂੰ ਪਤਾ ਹੀ ਹੈ। ਗੁਰਮੁਖ ਧਰਮ ਨੂੰ ਆਪਾਂ ਭੁੱਲਦੇ ਜਾ ਰਹੇ ਹਾਂ, ਤਾਂ ਹੀ ਤਾਂ ਸਾਡੇ ਸਮਾਜ ਵਿੱਚ ਦੁੱਖ ਨਾਲ ਕਹਿਣਾ ਪੈਂਦਾ ਵੀ ਜਿਹੜੇ ਗੁਰੂਆਂ ਨੇ ਕਿਰਪਾ ਕੀਤੀ ਉਸੇ ਧਰਤੀ 'ਤੇ ਅੱਜ ਗੁਰੂ ਗ੍ਰੰਥ ਸਾਹਿਬ ਦਾ, ਕਿਤੇ ਬਾਈਬਲ ਦਾ, ਕਿਤੇ ਗੀਤਾ ਦਾ, ਕਿਤੇ ਕੁਰਾਨ ਦਾ ਨੁਕਸਾਨ ਹੁੰਦਾ, ਪਾੜ ਪਾੜ ਕੇ ਸਿੱਟੇ ਜਾਂਦੇ ਆ ਜਾਂ ਅੱਗਾਂ ਲਾਈਆਂ ਜਾ ਰਹੀਆਂ। ਗੁਰਮੁਖ ਪਿਆਰੇ, ਧਰਮਾਂ ਦੀ ਬੇਅਦਬੀ ਹੋ ਰਹੀ ਹੈ, ਇੱਕ ਦੂਜੇ ਦੀ ਨਿੰਦਿਆ ਕਰਨ 'ਤੇ ਲੋਕ ਤੁਰ ਪਏ। ਕੋਸ਼ਿਸ਼ ਕਰੋ ਮਾੜੇ ਕਰਮਾਂ ਤੋਂ ਬਚਿਆ ਜਾਵੇ। ਸੱਚੇ ਪਾਤਸ਼ਾਹ ਕਹਿੰਦੇ ਨੇ, ਸਮਝਾਇਆ ਸੀ ਵੀ ਧਰਮ ਨਾਲ ਜੁੜੋ, ਪੁੰਨ ਦਾਨ ਕਰੋ, ਇੱਕ ਦੂਜੇ ਦਾ ਸਤਿਕਾਰ ਕਰੋ, ਪਰ ਅਸੀਂ ਦੂਜਿਆਂ ਦੀ ਨਿੰਦਾ ਕਰਕੇ ਆਪਣੇ ਆਪ ਨੂੰ ਚੰਗਾ ਦਿਖਾਉਣ ਲੱਗ ਗਏ। ਪਾਤਸ਼ਾਹ ਕਹਿੰਦੇ ਪਾਪਾਂ ਤੋਂ ਮਾੜੇ ਕਰਮਾਂ ਤੋਂ ਇੱਕ ਨਿਮਖ ਮਾਤਰ ਵੀ ਸਾਡਾ ਜਿਹੜਾ ਮਨ ਹੈ ਇਹ ਉਪਰਾਮ ਨਹੀਂ ਹੁੰਦਾ, ਉਦਾਸ ਨਹੀਂ ਹੁੰਦਾ। ਕਹੋ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਫਾਸ। ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦਾ ਭਜਨ ਕਰਿਆ ਕਰ, ਜੇ ਸਿਮਰਨ ਕਰੇਗਾ ਫਿਰ ਤੇਰੇ ਗਲ ਵਿੱਚ ਜਮਾਂ ਦੀ ਫਾਹੀ ਨਹੀਂ ਪਵੇਗੀ। ਤਰਨ ਆਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਇੱਥੇ ਤਰਨ ਆਪੋ ਸ਼ਬਦ ਵਰਤਿਆ ਜਵਾਨੀ ਵਾਸਤੇ। ਮਹਾਰਾਜ ਕਹਿੰਦੇ ਤੇਰੀ ਜਵਾਨੀ ਤਾਂ ਐਂ ਚਲੀ ਗਈ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ, ਹੁਣ ਬੁਢੇਪਾ ਆ ਗਿਆ, ਬੁਢੇਪੇ ਨੇ ਤੈਨੂੰ ਜਿੱਤ ਲਿਆ। ਬਜ਼ੁਰਗ ਬੈਠੇ ਹੋ, ਜੀ ਤਾਂ ਕਰਦਾ ਹੋਣਾ ਜਵਾਨਾਂ ਵਾਂਗੂ ਭੱਜ ਭੱਜ ਕੇ ਕੰਮ ਕਰੀਏ, ਪਰ ਸਰੀਰ ਸਾਥ ਨਹੀਂ ਦਿੰਦਾ। ਆਹ ਦੀਵਾਨ ਹਾਲ ਬਣਿਆ, ਬੜਾ ਮਹਿੰਗਾ ਸਰੀਆ ਸੀਮੈਂਟ ਬਜਰੀ ਲਿਆ ਕੇ ਪਾਉਂਦੇ ਹਾਂ, ਪਰ ਇਹਦੀ ਵੀ ਕੁਛ ਮਨਿਆਦ ਹੈ। ਗੁਰਮੁਖ ਜਦੋਂ ਲੋਹੇ ਨੂੰ ਜਰ ਪੈ ਜੇ ਨਾ, ਫਿਰ ਸਰੀਆ ਸੀਮੈਂਟ ਅਤੇ ਲੋਹਾ ਅੱਡ ਅੱਡ ਹੋ ਜਾਂਦਾ ਹੈ। ਇਸੇ ਕਰਕੇ ਬੁਢੇਪੇ ਨੂੰ ਵੀ ਮਹਾਰਾਜ ਨੇ ਜਰਾ ਆਖਿਆ ਕਿ ਜਦੋਂ ਤੇਰੇ ਸਰੀਰ ਨੂੰ ਬੁਢੇਪੇ ਰੂਪੀ ਜਰ ਲੱਗਣੀ ਹੈ, ਤੇਰਾ ਵੀ
ਹੱਡੀਆਂ ਨਾਲੋਂ ਮਾਸ ਜੁਦਾ ਹੋਣ ਲੱਗ ਜਾਏਗਾ। ਅਤੇ ਅਕਸਰ ਦੇਖਿਆ ਬਚਪਨ ਲੰਘ ਗਿਆ, ਜਵਾਨੀ ਲੰਘ ਗਈ, ਮਹਾਰਾਜ ਕਹਿੰਦੇ ਹੁਣ ਬੁਢੇਪਾ ਆ ਗਿਆ, ਬੁਢੇਪੇ ਨੇ ਤੇਰੇ ਸਰੀਰ 'ਤੇ ਕਬਜ਼ਾ ਕਰਕੇ ਤੈਨੂੰ ਜਿੱਤ ਲਿਆ ਹੈ। ਕਹੋ ਨਾਨਕ ਭਜ ਹਰਮਨਾ ਔਦ ਜਾਤ ਹੈ ਬੀਤ। ਕਹਿੰਦੇ ਹੁਣ ਵੀ ਤੇਰੇ ਕੋਲ ਸਮੇਂ ਪਰਮਾਤਮਾ ਦਾ ਭਜਨ ਕਰਿਆ ਕਰ, ਤੇਰੀ ਜਿਹੜੀ ਉਮਰ ਹੈ ਇਹ ਬੀਤਦੀ ਜਾ ਰਹੀ ਹੈ। ਬਿਰਧ ਪਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ। ਪਾਤਸ਼ਾਹ ਕਹਿੰਦੇ ਕਈ ਤਾਂ ਬੁੱਢੇ ਹੋ ਜਾਂਦੇ ਹੈ, ਵੱਡੇਪੇ ਵਿੱਚ ਆ ਕੇ ਵੀ ਇਹ ਨਹੀਂ ਦਿਸਦਾ ਕਿ ਸਾਡਾ ਕਾਲ ਨੇੜੇ ਆ ਗਿਆ, ਅੰਤ ਸਮਾਂ ਨੇੜੇ ਆ ਗਿਆ। ਕਈ ਬਜ਼ੁਰਗ ਹੋ ਜਾਂਦੇ ਹੈ ਫਿਰ ਵੀ ਸਮਝ ਨਹੀਂ ਆਉਂਦੀ, ਪਰ ਚਾਹੀਦਾ ਇਹ ਹੈ ਇਕੱਲੇ ਵੱਡੇਪੇ 'ਚ ਜਾ ਕੇ ਨਹੀਂ ਵੀ ਅਸੀਂ ਧਰਮੀ ਬਣਨਾ। ਮਹਾਰਾਜ ਤਾਂ ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਅਤੇ ਪ੍ਰਹਿਲਾਦ ਨੇ ਜਪਿਆ ਪਿਆਰਿਆ, ਉਸੇ ਤਰ੍ਹਾਂ ਭਜਨ ਕਰਿਆ ਕਰ। ਬਚਪਨ ਵੀ, ਜਵਾਨੀ ਵੀ, ਬੁਢੇਪਾ ਵੀ ਧਰਮ ਦੇ ਲੇਖੇ ਲੱਗੇ, ਪਰ ਕੁਛ ਨਹੀਂ ਯਾਦ ਕਰਦੇ। ਤਾਂ ਹੀ ਮਹਾਰਾਜ ਕਹਿੰਦੇ ਹਜੇ ਵੀ ਤੇਰੇ ਕੋਲ ਸਮਾਂ ਹੈ। ਜੇ ਬਚਪਨ ਲੰਘ ਗਿਆ, ਜਵਾਨੀ ਲੰਘ ਗਈ, ਬੁਢੇਪਾ ਆ ਗਿਆ, ਅਜੇ ਵੀ ਭਾਈ ਧਰਮ ਵਾਲਾ ਰਾਹ ਚੁਣ, ਸੰਸਾਰ ਦਾ ਭਲਾ ਕਰ, ਭਜਨ ਕਰਿਆ ਕਰ, ਸੇਵਾ ਕਰਿਆ ਕਰ। ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ। ਪਾਤਸ਼ਾਹ ਕਹਿੰਦੇ ਹੇ ਚੱਲੇ, ਕਿਉਂ ਐਵੇਂ ਕਮਲਿਆਂ ਵਾਂਗੂ ਭਟਕਦਾ ਫਿਰਦਾ, ਕਿਉਂ ਨਹੀਂ ਤੂੰ ਉਸ ਵਾਹਿਗੁਰੂ ਪਰਮਾਤਮਾ ਦਾ ਭਜਨ ਕਰਦਾ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ। ਪਾਤਸ਼ਾਹ ਕਹਿੰਦੇ ਧਨ ਦੌਲਤ ਪਰਿਵਾਰ ਜਾਇਦਾਦ ਜਿਹਨੂੰ ਤੂੰ ਆਪਣਾ ਸਮਝੀ ਬੈਠਾ ਹੈ, ਇਹਦੇ ਬਾਰੇ ਜ਼ਿਕਰ ਕੀਤਾ। ਸਾਨੂੰ ਲੱਗਦਾ ਨਾ ਵੀ ਆਹ ਮੇਰਾ ਆਹ ਮੇਰਾ, ਪਰ ਗੁਰੂ ਤੇਗ ਬਹਾਦਰ ਜੀ ਤੋਂ ਪੁੱਛੋ ਮਹਾਰਾਜ ਕੀ ਦੱਸਦੇ ਹਨ। ਇਨ ਮੈਂ ਕੱਚ ਸੰਗੀ ਨਹੀਂ ਨਾਨਕ ਸਾਚੀ ਜਾਨ। ਕਹਿੰਦੇ ਸੱਚ ਕਰਕੇ ਜਾਣੀ, ਜਿਹੜਾ ਸੰਸਾਰੀ ਦੌਲਤ ਨੂੰ ਜਾਇਦਾਦ ਨੂੰ ਪਰਿਵਾਰ ਨੂੰ ਆਪਣਾ ਸਮਝੀ ਬੈਠਾ, ਇਹਨਾਂ ਵਿੱਚੋਂ ਤੇਰਾ ਕੋਈ ਵੀ ਨਹੀਂ ਹੈ। ਪਤਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ। ਹੁਣ ਦੱਸਿਆ ਵੀ ਫਿਰ ਕਰੀਏ ਤਾਂ ਕੀ ਕਰੀਏ, ਆਹ ਸੁਣ ਲਓ ਮਹਾਰਾਜ ਕਹਿੰਦੇ ਪਰਮਾਤਮਾ ਦਾ ਭਜਨ ਕਰਿਆ ਕਰੋ ਭਾਈ, ਕਿਉਂਕਿ ਉਹ ਵਾਹਿਗੁਰੂ ਪਾਪੀਆਂ ਨੂੰ ਵੀ ਪਵਿੱਤਰ ਕਰਦਾ ਹੈ। ਕਿਸੇ ਵੀ ਤਰ੍ਹਾਂ ਦਾ ਤੈਨੂੰ ਡਰ ਹੈ, ਤੈਨੂੰ ਲੱਗਦਾ ਵੀ ਮੇਰਾ ਕੋਈ ਹੈ ਨਹੀਂ, ਮੈਂ ਤਾਂ ਅਨਾਥ ਹਾਂ, ਇਕੱਲਾ ਹੀ ਰਹਿ ਗਿਆ, ਵਾਹਿਗੁਰੂ ਦਾ ਭਜਨ ਸ਼ੁਰੂ ਕਰ ਦੇ, ਮਾਲਕ ਕਿਸੇ ਨਾ ਕਿਸੇ ਰੂਪ ਵਿੱਚ ਤੇਰਾ ਜ਼ਰੂਰ ਬਣੂਗਾ। ਆਉਂਦਾ ਹੈ ਉਹ ਗੁਰਮੁਖ, ਉਹ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਕਹੋ ਨਾਨਕ ਤੇ ਜਾਣੀਐ ਸਦਾ ਬਸਤ ਤੁਮ ਸਾਥ। ਪਾਤਸ਼ਾਹ ਕਹਿੰਦੇ ਤੂੰ ਉਹਨੂੰ ਜਾਣ ਜਿਹਨੂੰ ਭਲਾਈ ਫਿਰਦਾ ਨਾ, ਹੈ ਤਾਂ ਤੇਰੇ ਸਦਾ ਅੰਗ ਸੰਗ ਪਰ ਚੇਤੇ 'ਚੋਂ ਨਿਕਲਿਆ ਫਿਰਦਾ ਹੈ। ਜਦੋਂ ਕੋਈ ਗੁਨਾਹ ਕਰਦੇ ਹਾਂ ਆਪਾਂ ਨੂੰ ਹੁੰਦਾ ਵੀ ਇੱਥੇ ਕਿਹੜਾ ਕੋਈ ਦੇਖਦਾ ਹੈ, ਪਰ ਇਹ ਭੁੱਲ ਜਾਂਦੇ ਹਾਂ ਵੀ ਰੱਬ ਵੇਖਦਾ ਭਾਈ, ਉਹਨੂੰ ਚੇਤੇ 'ਚੋਂ ਭੁਲਾਇਆ ਹੋਇਆ, ਹੈ ਤਾਂ ਸਾਡਾ ਸੰਗੀ ਹਰ ਵੇਲੇ। ਪਰ ਪਾਤਸ਼ਾਹ ਕਹਿੰਦੇ ਜਿਹੜਾ ਸਦਾ ਨਾਲ ਚੱਲ ਰਿਹਾ ਹੈ, ਸਾਥੀ ਹੈ ਸੱਚਾ, ਉਹਨੂੰ ਯਾਦ ਕਰ। ਤਨ ਤਨ ਜੇ ਤੋ ਕੋ ਦਿਓ
ਤਾਂ ਸੋ ਨਿਹੋ ਨਕੀਨ। ਜਿਸ ਵਾਹਿਗੁਰੂ ਨੇ ਤੈਨੂੰ ਤਨ ਦਿੱਤਾ, ਤਨ ਤੋਂ ਭਾਵ ਹੈ ਸਰੀਰ, ਫਿਰ ਆ ਧਨ ਦਿੱਤਾ, ਕਿਉਂਕਿ ਜਿਹੜਾ ਧਨ ਕਮਾਈਦਾ ਸਰੀਰ ਨਾਲ ਹੀ ਕਮਾਈਦਾ ਮਿਹਨਤ ਕਰਕੇ। ਜਿਹਨੇ ਤੈਨੂੰ ਤਨ ਵੀ ਦਿੱਤਾ ਧਨ ਵੀ ਦਿੱਤਾ, ਪਾਤਸ਼ਾਹ ਕਹਿੰਦੇ ਤੂੰ ਉਹਦੇ ਨਾਲ ਕਿਉਂ ਨਹੀਂ ਪ੍ਰੇਮ ਕਰਦਾ। ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ। ਕਹਿੰਦੇ ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਹੁਣ ਪਾਗਲਾਂ ਵਾਂਗੂ ਤੁਰਿਆ ਫਿਰਦਾ ਭਟਕਦਾ, ਕਿਉਂ ਆਪਣਾ ਦੀਨ ਧਰਮ ਗਵਾਇਆ ਹੈ, ਕਿਉਂ ਡਿੱਕ ਡੋਲੇ ਖਾਂਦਾ ਫਿਰਦਾ ਹੈ, ਦਰ ਦਰ ਭਟਕਦਾ ਫਿਰਦਾ ਹੈ। ਤਨ ਧਨ ਸੰਪੈ ਸੁਖ ਦਿਓ ਅਰਜਹਿ ਨੀਕੇ ਧਾਮ। ਜਿਸ ਵਾਹਿਗੁਰੂ ਨੇ ਤੈਨੂੰ ਆ ਦੇਹ ਦਿੱਤੀ, ਦੌਲਤ ਦਿੱਤੀ, ਜਾਇਦਾਦ ਦਿੱਤੀ, ਖੁਸ਼ੀਆਂ, ਸੋਹਣੇ ਸੋਹਣੇ ਘਰ ਬਾਰ ਦਿੱਤੇ, ਨੀਕੇ ਧਾਮ ਤੋਂ ਭਾਵ ਹੈ ਚੰਗੇ ਘਰ ਬਾਰ ਬਖਸ਼ੇ ਹਨ। ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਾ ਰਾਮ। ਕਹਿੰਦੇ ਹੇ ਮੇਰਿਆ ਮਨਾ, ਕਿਉਂ ਨਹੀਂ ਉਸ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ। ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ। ਪਾਤਸ਼ਾਹ ਕਹਿੰਦੇ ਹਰ ਕੋਈ ਚਾਹੁੰਦਾ ਮੈਨੂੰ ਸੁੱਖ ਮਿਲੇ, ਪਰ ਸਾਰੇ ਸੁੱਖ ਦੇਣ ਵਾਲਾ ਤਾਂ ਵਾਹਿਗੁਰੂ ਪਰਮਾਤਮਾ ਹੈ। ਉਹਨੂੰ ਕੋਈ ਵਾਹਿਗੁਰੂ ਕਹਿ ਦੇ, ਕੋਈ ਰਾਮ ਕਹਿ ਦੇ, ਕੋਈ ਅੱਲਾ ਕਹਿ ਦੇ, ਹੈ ਇੱਕੋ ਹੀ। ਜਿੰਨਾ ਚਿਰ ਉਹਦੇ ਸਿਮਰਨ ਨਾਲ ਨਹੀਂ ਜੁੜਦੇ ਸੁਖੀ ਨਹੀਂ ਹੋਵਾਂਗੇ ਗੁਰਮੁਖ। ਇਹ ਸੱਚੀ ਗੱਲ ਹੈ, ਸੁੱਖ ਦੇਣ ਵਾਲਾ ਪਰਮਾਤਮਾ ਹੀ ਹੈ। ਕਹੋ ਨਾਨਕ ਸੁਣ ਰੇ ਮਨਾ ਤੇ ਸਿਮਰਤ ਗਤ ਹੋਏ। ਕਹਿੰਦੇ ਉਹਦਾ ਸਿਮਰਨ ਕਰ ਲਿਆ ਕਰ, ਨਾਲੇ ਤਾਂ ਮਿਲੂਗਾ ਸੁੱਖ ਤੇ ਨਾਲੇ ਤੇਰੀ ਮੁਕਤੀ ਹੋ ਜਾਵੇਗੀ। ਜਿਹੇ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ। ਜਿਹਦਾ ਸਿਮਰਨ ਕਰਨ ਦੇ ਨਾਲ ਸੁੱਖ ਮਿਲਦਾ ਹੈ। ਮਹਾਰਾਜ ਕਹਿੰਦੇ ਹੇ ਮੇਰੇ ਮਿੱਤਰ, ਤੂੰ ਵੀ ਉਸ ਵਾਹਿਗੁਰੂ ਪਰਮਾਤਮਾ ਦਾ ਭਜਨ ਕਰਿਆ ਕਰ। ਕਹੋ ਨਾਨਕ ਸੁਣ ਰੇ ਮਨਾ ਔਦ ਘਟਤ ਹੈ ਨੀਤ। ਕਹਿੰਦੇ ਤੇਰੀ ਉਮਰ ਦਿਨੋ ਦਿਨ ਘਟਦੀ ਜਾ ਰਹੀ ਹੈ, ਇਸ ਕਰਕੇ ਸਮੇਂ ਨੂੰ ਗਵਾ ਨਾ, ਸਮੇਂ ਨੂੰ ਸੰਭਾਲ। ਪੰਜ ਤਤ ਕੋ ਤਨ ਰਚਿਓ ਜਨ ਹੋ ਚਤਰ ਸੁਜਾਨ। ਪਰਮਾਤਮਾ ਨੇ ਐਸੀ ਰਚਨਾ ਰਚੀ, ਹਵਾ, ਮਿੱਟੀ, ਪਾਣੀ, ਅੱਗ, ਇਹ ਪੰਜ ਤੱਤ ਇਕੱਠੇ ਕਰਕੇ ਸਰੀਰ ਰਚਤਾ ਗੁਰਮੁਖ। ਅਤੇ ਯਾਦ ਰੱਖਿਓ, ਇਹ ਸਰੀਰ ਦੀ ਰਚਨਾ ਮਾਂ ਦੇ ਢਿੱਡ ਵਿੱਚ ਹੋਈ, ਪਰ ਜਦੋਂ ਤੋਂ ਜਨਮੇ ਅਸੀਂ ਭੱਜੇ ਫਿਰਦੇ ਰਹੇ, ਮੈਂ ਆਹ ਕੀਤਾ, ਮੈਂ ਉਹ ਕੀਤਾ, ਆਪਣੇ ਆਪ ਨੂੰ ਬੜੇ ਚਤਰ ਚਲਾਕ ਸਮਝਿਆ ਵੀ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ, ਬਸ ਇਸੇ ਭੁਲੇਖੇ 'ਚ ਹੀ ਰਹਿ ਗਏ, ਪਰਮਾਤਮਾ ਯਾਦ ਹੀ ਨਹੀਂ ਕੀਤਾ। ਇਹੀ ਗੱਲ ਮਹਾਰਾਜ ਕਹਿੰਦੇ ਪੰਜ ਤੱਤ ਕੋ ਤਨ ਰਚਿਓ ਜਨ ਉਹ ਚਤਰ ਸੁਜਾਨ। ਕਹਿੰਦੇ ਆਪਣੇ ਆਪ ਨੂੰ ਬੜਾ ਚੁਸਤ ਚਲਾਕ ਸਮਝਦਾ ਫਿਰਦਾ, ਪਰ ਹੈ ਕਿ ਇਹ ਜਾਣ ਇੱਕ ਮਿੱਟੀ ਦੀ ਢੇਰੀ ਹੈ, ਜਿੰਨਾ ਚਿਰ ਵਿੱਚ ਸਵਾਸ ਚੱਲਦੇ ਆ ਤੇਰੀ ਕਦਰ ਹੈ। ਜਿਹੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਪਰ ਕਹਿੰਦੇ ਤੂੰ ਸਮਝ, ਜਿੱਥੋਂ ਪੈਦਾ ਹੋਇਆ ਉੱਥੇ ਹੀ ਲੀਨ ਹੋਣਾ ਪੈਣਾ। ਪੈਦਾ ਕਿੱਥੋਂ ਹੋਏ? ਅਸੀਂ ਜਿੰਨੇ ਵੀ ਹਾਂ ਨਾ ਗੁਰਮੁਖੋ, ਆਪਾਂ ਪਰਮਾਤਮਾ ਦੀ ਹੀ ਅੰਸ ਹਾਂ। ਜਿੰਨਾ ਚਿਰ ਉਹ ਪਰਮਾਤਮਾ ਦਾ ਭਜਨ ਨਹੀਂ ਕਰਦੇ,
ਉਹਨਾਂ ਚਿਰ ਦੁਖੀ ਰਵਾਂਗੇ, ਭਟਕਦੇ ਰਵਾਂਗੇ। ਜਦੋਂ ਭਜਨ ਨਾਲ ਜੁੜ ਗਏ ਫਿਰ ਸਾਨੂੰ ਕੋਈ ਦੁਖੀ ਨਹੀਂ ਕਰ ਸਕੂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਜੁੜੇ ਸੀ ਦੇਖ ਲਓ ਫਿਰ ਤੱਤੀ ਤਵੀ 'ਤੇ ਬਹਿ ਕੇ ਵੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਤੇਰਾ ਕੀਆ ਮਿੱਠਾ ਲੱਗਿਆ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਨ ਲੱਗੇ ਹੈ, ਉਹ ਜੁੜੇ ਹੋਏ ਸੀ। ਪੁੱਛਿਆ ਵੀ ਤੇਰੀ ਅੰਤਮ ਇੱਛਾ ਕੀ ਹੈ, ਅਤੇ ਭਾਈ ਮਤੀ ਦਾਸ ਜੀ ਨੇ ਕੀ ਕਿਹਾ ਸੀ, ਕਹਿੰਦੇ ਅੰਤਮ ਇੱਛਾ ਇੱਕੋ ਹੀ ਹੈ ਕਿ ਜਦੋਂ ਮੇਰੇ ਸੀਸ 'ਤੇ ਚੱਲੇ ਆਰਾ ਮੇਰਾ ਮੁੱਖ ਗੁਰੂ ਵੱਲ ਹੋਣਾ ਚਾਹੀਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਡਰੇ ਨਹੀਂ ਦੁੱਖਾਂ ਤੋਂ, ਘਬਰਾਏ ਨਹੀਂ ਗੁਰਮੁਖ ਪਿਆਰੇ। ਧੰਨ ਗੁਰੂ ਤੇਗ ਬਹਾਦਰ ਜੀ ਵੀ ਹੱਸ ਕੇ ਕੁਰਬਾਨੀ ਦੇ ਗਏ। ਇਸ ਕਰਕੇ ਭਾਈ ਸੱਚੇ ਪਾਤਸ਼ਾਹ ਦੀ ਬਾਣੀ ਨਾਲ ਜੁੜੋ। ਜੇ ਜੁੜੇ ਰਵਾਂਗੇ ਤਾਂ ਫਿਰ ਪਤਾ ਹੀ ਹੁੰਦਾ ਵੀ ਸਰੀਰ ਰੂਪੀ ਭਾਂਡਾ ਹੈ, ਇਹਨੇ ਤਾਂ ਇੱਕ ਦਿਨ ਫੁੱਟਣਾ ਹੀ ਹੈ, ਟੁੱਟਣਾ ਹੀ ਹੈ। ਅਤੇ ਆਪਾਂ ਸਿਮਰਨ ਕਰਨ ਵਾਸਤੇ ਆਏ ਹਾਂ, ਭਾਵੇਂ ਦੇਵੇ ਦੁੱਖ ਭਾਵੇਂ ਦੇਵੇ ਸੁੱਖ, ਉਸ ਵਾਹਿਗੁਰੂ ਦਾ ਸਿਮਰਨ ਕਰੀਏ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਉੱਚੀ ਉੱਚੀ ਬੋਲ ਕੇ ਸਾਧੂ ਸੰਤ ਮਹਾਤਮਾ ਗੁਰੂ ਪੀਰ ਕਹਿੰਦੇ ਨੇ ਕਿ ਭਾਈ ਘਟ ਘਟ ਮੈਂ ਹਰ ਜੂ ਬਸੈ। ਛੋਟੀ ਤੋਂ ਛੋਟੀ ਚੀਜ਼ ਵਿੱਚ ਵੀ ਉਹ ਪਰਮਾਤਮਾ ਦਾ ਵੱਸ ਹੈ। ਹੁਣ ਪੜ੍ਹਦੇ ਤਾਂ ਹੈਗੇ ਹਾਂ, ਕਹਿ ਵੀ ਦੇਈਦਾ, ਪਰ ਜਦੋਂ ਕੋਈ ਆਪ ਤੋਂ ਮਾੜਾ ਮਿਲ ਜੇ ਖੈਰ ਆਪਾਂ ਗੁਜ਼ਾਰਦੇ ਨਹੀਂ ਗੁਰਮੁਖ, ਉਦੋਂ ਨਹੀਂ ਦੇਖਦੇ ਵੀ ਇਹਦੇ ਵਿੱਚ ਵੀ ਪਰਮਾਤਮਾ ਹੈ। ਆਪ ਤੋਂ ਗਰੀਬ ਨੂੰ ਮਾੜੇ ਨੂੰ ਹਰ ਕੋਈ ਲੁੱਟਣ ਨੂੰ ਪੈਂਦਾ। ਆਖੋ ਸਤਨਾਮ ਵਾਹਿਗੁਰੂ। ਉਹਨੂੰ ਸਮਝਣਾ ਵੀ ਘੱਟ ਘੱਟ ਮੈਂ ਹਰ ਜੂ ਬਸੈ। ਮਹਾਰਾਜ ਕਹਿੰਦੇ ਸਾਰੇ ਪੁਕਾਰ ਪੁਕਾਰ ਕੇ ਕਹਿੰਦੇ ਨੇ ਕਿ ਜਿੰਨੇ ਜੀਵ ਨੇ ਸਭ ਵਿੱਚ ਪਰਮਾਤਮਾ ਦੀ ਅੰਸ਼ ਹੈ, ਸੇਵਾ ਕਰਕੇ ਇੱਕ ਦੂਜੇ ਦੀ ਰੱਬ ਦੀ ਖੁਸ਼ੀ ਲੈ ਲਿਆ ਕਰ। ਇਹ ਨਾ ਹੋਵੇ ਕਿਤੇ ਕਿਸੇ ਨੂੰ ਦੁੱਖ ਦੇ ਕੇ ਉਹਦੇ ਵੱਲੋਂ ਵੱਧ ਦੁਆਵਾਂ ਲੈ ਲਵੇ। ਕਹੋ ਨਾਨਕ ਤੇ ਭਜ ਮਨਾ ਭਉ ਨਿਧ ਉਤਰਹਿ ਪਾਰ। ਕਹਿੰਦੇ ਕੋਸ਼ਿਸ਼ ਕਰਿਆ ਕਰ ਦੂਜੇ ਦੀ ਸੇਵਾ ਕਰਕੇ ਖੁਸ਼ੀ ਲੈ ਤੇ ਪਰਮਾਤਮਾ ਦਾ ਭਜਨ ਕਰ, ਇਹਦੇ ਨਾਲ ਸੰਸਾਰ ਸਾਗਰ ਤੋਂ ਪਾਰ ਹੋ ਜਾਵੇਗਾ। ਸੁਖ ਦੁੱਖ ਜਿਹੇ ਪਰਸੈ ਨਹੀਂ ਲੋਭ ਮੋਹ ਅਭਿਮਾਨ। ਹੁਣ ਸੁਣਿਓ, ਆਪਾਂ ਕਹਿੰਦੇ ਹਾਂ ਪਰਮਾਤਮਾ ਭਗਵਾਨ ਵਾਹਿਗੁਰੂ ਅੱਲਾ ਉਹਦੇ ਵਰਗੇ ਬਣੀਏ, ਪਰ ਉਹ ਹੁੰਦਾ ਕਿੱਦਾਂ ਦਾ ਹੈ? ਆਹ ਤਰੀਕਾ ਦੱਸਤਾ ਪਾਤਸ਼ਾਹ। ਕਹਿੰਦੇ ਸੁੱਖ ਦੁੱਖ ਜਿਹੇ ਪਰਸੈ ਨਹੀਂ। ਕਹਿੰਦੇ ਜਿਹਨੂੰ ਨਾ ਤਾਂ ਬਹੁਤੇ ਸੁੱਖਾਂ ਵਿੱਚ ਖੁਸ਼ੀ ਹੋਵੇ ਅਤੇ ਜੇ ਦੁੱਖ ਆ ਜਾਣ ਨਾ ਹੀ ਬਹੁਤਾ ਦੁਖੀ ਹੋਵੇ, ਉਦੋਂ ਫਿਰ ਆਪਣੇ ਵਾਲਾ ਕੰਮ ਨਹੀਂ। ਵੀ ਜੇ ਸੁੱਖ ਆ ਗਏ ਤਾਂ ਮਹਿਮਾ ਕਰਾਂਗੇ, ਵਡਿਆਈ ਕਰਾਂਗੇ, ਜੇ ਦੁੱਖ ਆ ਗਏ ਫਿਰ ਉਦੋਂ ਨਿੰਦਿਆ ਸ਼ੁਰੂ ਕਰ ਦਿੰਦੇ ਹਾਂ। ਗੁਰੂ ਮਹਾਰਾਜ ਕਹਿੰਦੇ ਸੁੱਖ ਦੁੱਖ ਤੋਂ ਜਿਹੜਾ ਨਿਰਲੇਪ ਹੈ, ਖੁਸ਼ੀ ਵਿੱਚ ਬਾਹਲਾ ਚਾਅ ਨਹੀਂ ਚੜ੍ਹਾਉਂਦਾ ਅਤੇ ਦੁੱਖ ਵੇਲੇ ਕਿਸੇ ਨੂੰ ਲਾਂਭਾ ਨਹੀਂ ਦਿੰਦਾ, ਨਾ ਬਾਹਲਾ ਲੋਭ ਲਾਲਚ ਕਰੇ, ਨਾ ਬਹੁਤਾ ਮੋਹ 'ਚ ਫਸੇ ਅਤੇ ਨਾ ਹੀ ਬਾਹਲੀ ਹੋਮੈ ਕਰੇ ਕਿਸੇ ਗੱਲ ਦੀ, ਚਾਹੇ ਉਸਤਤ ਹੋਵੇ ਸੋਭਾ ਹੋਵੇ, ਉਦੋਂ ਹੰਕਾਰ ਨਹੀਂ ਕਰਨਾ। ਜੇ ਸਾਰੇ ਨਿੰਦਿਆ ਕਰਨ ਲੱਗ ਜਾਣ, ਮਾੜਾ ਕਹਿਣ ਲੱਗ ਜਾਣ, ਉਦੋਂ ਇਹ ਨਹੀਂ ਸੋਚਣਾ ਵੀ ਇਦੋਂ ਤਾਂ ਮਰੇ ਹੀ ਚੰਗੇ ਆਪਾਂ। ਇਹ ਸੋਚੋ ਵੀ ਅਸੀਂ ਸੇਵਾ ਸਿਮਰਨ ਵਾਸਤੇ ਆਏ ਹਾਂ,
ਜਿਹੜੇ ਜੀਵ ਇਸ ਤਰ੍ਹਾਂ ਦੇ ਕਾਰਜ ਕਰਨਗੇ, ਚਾਹੇ ਕੋਈ ਔਰਤ ਹੈ ਚਾਹੇ ਕੋਈ ਮਰਦ ਹੈ, ਗੁਰਮੁਖੋ ਜਿਹੜੇ ਇਹ ਕਾਰਜ ਕਰਨਗੇ ਨਾ, ਬਾਹਲਾ ਲੋਭ ਲਾਲਚ ਨਹੀਂ ਕਰਨਾ ਅਤੇ ਬਾਹਲਾ ਮੋਹ 'ਚ ਵੀ ਨਹੀਂ ਫਸਣਾ, ਬਾਹਲੀ ਹੋਮੈ ਨਹੀਂ ਕਰਨੀ, ਸੁੱਖ ਵੇਲੇ ਫੁੱਲਣਾ ਨਹੀਂ ਅਤੇ ਦੁੱਖ ਵੇਲੇ ਮਰੂ ਮਰੂ ਨਹੀਂ ਕਰਨਾ, ਇਸ ਤਰ੍ਹਾਂ ਦਾ ਜੀਵਨ ਜਿਹੜੇ ਬਣਾ ਲੈਣ, ਉਹਨਾਂ ਨੂੰ ਮੇਰੇ ਮਾਲਕ ਨੇ ਫਿਰ ਇੱਕ ਦਰਜਾ ਦਿੱਤਾ ਹੈ। ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਪਾਤਸ਼ਾਹ ਕਹਿੰਦੇ ਜਿਨ੍ਹਾਂ ਵਿੱਚ ਇਹ ਗੁਣ ਨੇ ਉਹ ਮਨੁੱਖ ਨਹੀਂ, ਉਹ ਤਾਂ ਭਗਵਾਨ ਦੀ ਮੂਰਤ ਹੈ, ਉਹ ਤਾਂ ਰੱਬ ਦਾ ਹੀ ਰੂਪ ਹਨ। ਉਸਤਤ ਨਿੰਦਿਆ ਨਾਹੀਂ ਜਿਹੇ ਕੰਚਨ ਲੋਹ ਸਮਾਨ। ਪਾਤਸ਼ਾਹ ਕਹਿੰਦੇ ਭਾਵੇਂ ਕੋਈ ਕਰੇ ਸਾਡੀ ਉਸਤਤ, ਭਾਵੇਂ ਕੋਈ ਕਰੇ ਸਾਡੀ ਨਿੰਦਿਆ, ਕੋਈ ਫਰਕ ਨਾ ਪਵੇ। ਹੁਣ ਕਈ ਵਾਰੀ ਕੀ ਹੁੰਦਾ ਹੈ, ਆਪਾਂ ਕੋਈ ਚੰਗਾ ਕੰਮ ਕਰਦੇ ਹਾਂ, ਜਿੰਨਾ ਕੁ ਚਿਰ ਤਾਂ ਸਾਨੂੰ ਕਹਿਣ ਵੀ ਸ਼ਾਬਾਸ਼ ਏ ਭਾਈ ਬਹੁਤ ਚੰਗਾ ਕਰਦਾ, ਉਹਨਾਂ ਚਿਰ ਤਾਂ ਕਰਾਂਗੇ, ਅਤੇ ਜੇ ਚੰਗਾ ਕੰਮ ਕਰਦਿਆਂ ਨੂੰ ਦੁਨੀਆ ਮਾੜਾ ਬੋਲਣ ਲੱਗ ਜੇ ਫਿਰ ਕੀ ਕਰੀਦਾ, ਵੀ ਨਾਲੇ ਤਾਂ ਸੇਵਾ ਕਰੀਦੀ ਹੈ ਨਾਲੇ ਲੋਕ ਬੁਰਾ ਭਲਾ ਕਹਿੰਦੇ ਆ, ਛੱਡੋ ਖਿਹੜਾ ਕੰਮ ਹੀ ਛੱਡੋ। ਇਹਦਾ ਮਤਲਬ ਇਹ ਹੋਇਆ ਕਿ ਆਪਣੀ ਸੋਭਾ ਵਾਸਤੇ ਕਰਦਾ ਸੀ, ਫਿਰ ਇੱਦਾਂ ਨਹੀਂ ਹੈ। ਮਹਾਰਾਜ ਕਹਿੰਦੇ ਭਾਵੇਂ ਕੋਈ ਉਸਤਤ ਕਰੇ, ਭਾਵੇਂ ਕੋਈ ਤੇਰੀ ਨਿੰਦਿਆ ਕਰੇ, ਧਰਮ ਕਰਨ ਤੁਰਿਆ ਤਾਂ ਕਰਦਾ ਹੀ ਰਹੀ ਭਾਈ। ਜਿਹਦੇ ਵਿੱਚ ਇਹ ਗੁਣ ਆ ਜਾਣ, ਸੋਭਾ ਸੁਣ ਕੇ ਖੁਸ਼ ਨਾ ਹੋਵੇ, ਨਿੰਦਿਆ ਸੁਣ ਕੇ ਦੁਖੀ ਨਾ ਹੋਵੇ, ਸਿਉਣਾ ਅਤੇ ਲੋਹਾ ਇੱਕੋ ਹੀ ਬਰਾਬਰ ਲੱਗਣ, ਉਹਨਾਂ ਵਾਸਤੇ ਵੀ ਮਹਾਰਾਜ ਕੁਛ ਬਚਨ ਕਹਿੰਦੇ ਹਨ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਨ। ਪਾਤਸ਼ਾਹ ਕਹਿੰਦੇ ਅਸੀਂ ਉਹਨੂੰ ਮੰਨਦੇ ਹਾਂ ਵੀ ਮੁਕਤ ਹੋ ਗਿਆ ਬੰਦਾ। ਕਿਹੜਾ ਮੁਕਤ ਹੈ ਭਲਾ, ਭਾਵੇਂ ਲੋਹਾ ਭਾਵੇਂ ਸੋਨਾ ਜਿਹਨੂੰ ਇੱਕੋ ਜਿਹੀ ਦਿਸੇ, ਨਿੰਦਿਆ ਹੋਵੇ ਭਾਵੇਂ ਉਸਤਤ ਹੋਵੇ, ਫਿਰ ਵੀ ਸਮਾਜ ਦੀ ਸੇਵਾ ਕਰੇ, ਪਾਤਸ਼ਾਹ ਕਹਿੰਦੇ ਉਹ ਮੁਕਤ ਹੈ। ਹਰਖ ਸੋਖ ਜਾ ਕੈ ਨਹੀਂ ਬੈਰੀ ਮੀਤ ਸਮਾਨ। ਨਾ ਤਾਂ ਬਹੁਤੀ ਖੁਸ਼ੀ ਦਾ ਅਸਰ ਹੋਵੇ, ਸੋਗ ਨਾਮ ਹੈ ਗਮੀ ਦਾ ਗੁਰਮੁਖ, ਦੁੱਖ ਦਾ ਹੀ ਸਮਾਂ, ਨਾ ਇਹਦਾ ਹੀ ਅਸਰ ਹੋਵੇ, ਨਾ ਹੀ ਮਿੱਤਰਾਂ ਨੂੰ ਮਿਲ ਕੇ ਬਾਹਲਾ ਖੁਸ਼ ਹੋਵੇ ਅਤੇ ਨਾ ਹੀ ਦੁਸ਼ਮਣਾਂ ਨੂੰ ਮਿਲ ਕੇ ਬਾਹਲਾ ਦੁਖੀ ਹੋਵੇ। ਜਿਹਦਾ ਜੀਵਨ ਇੱਦਾਂ ਦਾ ਹੈ ਉਹਦੇ ਵਾਸਤੇ ਵੀ ਸਤਿਗੁਰ ਕਹਿੰਦੇ ਹਨ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਨ। ਪਾਤਸ਼ਾਹ ਕਹਿੰਦੇ ਉਹਨੂੰ ਵੀ ਜਾਣ ਲਿਓ ਵੀ ਇਹ ਮੁਕਤ ਹੈ। ਦੇਖੋ ਕਈ ਵਾਰੀ ਤਾਂ ਜਦੋਂ ਕਿਸੇ ਦਾ ਭੋਗ ਪੈਂਦਾ ਹੈ ਉਦੋਂ ਹੀ ਅਰਦਾਸ ਕਰੀਦੀ ਹੈ ਵੀ ਮਹਾਰਾਜ ਫਲਾਣਾ ਚਲਿਆ ਗਿਆ, ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਦਿਓ, ਵਿੰਗੀਆਂ ਟੇਢੀਆਂ ਜੂਨਾਂ 'ਚੋਂ ਮੁਕਤੀ ਦੇ ਦਿਓ, ਉਦੋਂ ਹੀ ਮੰਗਦੇ ਹਾਂ ਨਾ। ਅਤੇ ਮਹਾਰਾਜ ਕਹਿੰਦੇ ਮਰ ਕੇ ਜਿਹੜੀ ਮੁਕਤੀ ਮਿਲਣੀ ਹੈ ਉਹ ਤਾਂ ਜਿਹਨੂੰ ਮਿਲੀ ਉਹੀ ਜਾਣਦਾ ਨਾ, ਅੱਜ ਤੱਕ ਨਾ ਤਾਂ ਕਿਸੇ ਨੇ ਦੱਸਿਆ ਹੀ ਹੈ ਆ ਕੇ ਵੀ ਮੈਂ ਮੁਕਤ ਹੋ ਗਿਆ ਜਾਂ ਨਹੀਂ। ਅਰਦਾਸ ਤਾਂ ਜ਼ਰੂਰ ਕਰਦੇ ਹਾਂ ਵੀ ਇਹਨੂੰ ਸੱਚਖੰਡ 'ਚ ਨਿਵਾਸ ਦੇਈ, ਪਰ ਕਿਸੇ ਨੇ ਦੱਸਿਆ ਕਿ ਵੀ ਮੈਂ ਸੱਚਖੰਡ ਦਾ ਵਾਸੀ ਹੈਗਾ ਜਾਂ ਨਹੀਂ। ਮਰ ਕੇ ਜਿਹੜੀ ਮਿਲਣੀ ਜਾਂ ਨਾ ਮਿਲਣੀ ਉਹ ਤਾਂ ਰੱਬ ਜਾਣਦਾ ਜਾਂ ਜੀਵ ਜਾਣਦਾ ਹੈ, ਪਰ ਅਸਲ ਵਿੱਚ ਜਿਉਂਦੇ ਜੀ ਮੁਕਤ ਹੋਣਾ ਗੁਰੂ। ਜਿਉਂਦੇ ਜੀ ਮੁਕਤੀ ਕਿਹਨੂੰ ਕਿਹਾ? ਮਹਾਰਾਜ ਕਹਿੰਦੇ ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ। ਹੁਣ ਇੱਥੇ ਲਾ ਲਓ
ਮਹਾਰਾਜ ਮੇਰੇ ਤੋਂ ਕੀਰਤਨ ਦੀ ਸੇਵਾ ਲੈ ਰਹੇ ਹੈ, ਕੋਈ ਲੰਗਰ ਵਰਤਾ ਰਿਹਾ, ਕਿਸੇ ਨੇ ਦਰੀਆਂ ਚਾਦਰਾਂ ਵਿਛਾਈਆਂ, ਕੋਈ ਬਾਣੀ ਪੜੂ, ਕੋਈ ਦੇਗ ਵਰਤਾਊਗਾ। ਇੱਥੇ ਹੁਣ ਭਾਵੇਂ ਕੋਈ ਮਿੱਤਰ ਆ ਕੇ ਬਹਿ ਜੇ, ਭਾਵੇਂ ਕੋਈ ਦੁਸ਼ਮਣ ਆ ਕੇ ਬਹਿ ਜੇ, ਫਿਰ ਸੇਵਾ ਕਰਨ ਵੇਲੇ ਬਿਤਕਰਾ ਨਹੀਂ ਰੱਖਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੇਵਾ ਕਰਨ ਵੇਲੇ ਬਿਤਕਰਾ ਨਹੀਂ, ਦੁਸ਼ਮਣ ਨੂੰ ਵੀ ਦੁਸ਼ਮਣ ਨਹੀਂ ਸਮਝਣਾ। ਗੁਰੂ ਉਪਦੇਸ਼ ਦੇਣਾ ਤਾਂ ਮਿੱਤਰ ਦੁਸ਼ਮਣ ਨੂੰ ਸਭ ਨੂੰ ਬਰਾਬਰ, ਸੇਵਾ ਕਰਨੀ ਹੈ ਤਾਂ ਵੀ ਬਰਾਬਰ। ਉਹ ਜਿਉਂਦੇ ਜੀ ਮੁਕਤ ਹੁੰਦੇ ਹਨ। ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਪਾਤਸ਼ਾਹ ਕਹਿੰਦੇ ਨਾ ਤਾਂ ਕਿਸੇ ਨੂੰ ਡਰਾਉਣਾ ਹੈ ਅਤੇ ਨਾ ਹੀ ਕਿਸੇ ਤੋਂ ਡਰਨਾ। ਆਪਣਾ ਕੀ ਸੁਭਾਅ ਹੈ, ਦੂਜਿਆਂ ਨੂੰ ਡਰਾ ਕੇ ਰੱਖੀਦਾ ਹੈ, ਆਪ ਤੋਂ ਤਕੜਿਆਂ ਤੋਂ ਆਪ ਡਰੀ ਜਾਂਦੇ ਰਹਿੰਦੇ ਹਾਂ। ਗੁਰੂ ਉਹੋ ਜਿਹਾ ਕਰਮੀ ਨਾ ਕਰੋ ਜਿਹਦੇ ਕਰਕੇ ਡਰਨਾ ਪੈ ਜੇ, ਅਤੇ ਇੱਦਾਂ ਦਾ ਜੀਵਨ ਵੀ ਨਹੀਂ ਚਾਹੀਦਾ ਕਿਸੇ ਤੋਂ ਡਰਾ ਕੇ ਹੀ ਕਾਰਜ ਕਰਾਉਣੇ ਆ। ਗੁਰੂ ਮਹਾਰਾਜ ਫਿਰ ਕਹਿੰਦੇ ਕੀ ਹਨ ਉਹ ਅੱਗੇ ਸੁਣੋ। ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਪਾਤਸ਼ਾਹ ਕਹਿੰਦੇ ਅਸਲੀ ਗਿਆਨਵਾਨ ਉਹ ਹੈ ਜਿਹੜਾ ਨਾ ਤਾਂ ਕਿਸੇ ਨੂੰ ਡਰਾਵੇ ਅਤੇ ਨਾ ਹੀ ਕਿਸੇ ਤੋਂ ਡਰੇ, ਉਹਨੂੰ ਅਸੀਂ ਗਿਆਨੀ ਸਮਝਦੇ ਹਾਂ। ਜਿਹੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ। ਜਿਸ ਜੀਵ ਨੇ ਪਾਪ ਛੱਡਤੇ ਗੁਰਮੁਖ, ਬੈਰਾਗੀ ਹੋ ਗਿਆ, ਪਰਮਾਤਮਾ ਦਾ ਭਜਨ ਕਰਨ ਲੱਗ ਗਿਆ, ਉਹਦੇ ਵਾਸਤੇ ਵੀ ਮਹਾਰਾਜ ਬਚਨ ਕਹਿੰਦੇ ਹਨ। ਕਹੋ ਨਾਨਕ ਸੁਣ ਰੇ ਮਨਾ, ਤੇ ਨਰ ਮਾਥੈ ਭਾਗ। ਉਹੇ ਜੇ ਜੀਵ ਦੇ ਮਸਤਕ ਦੇ ਭਾਗ ਚੰਗੇ ਮੰਨੋ ਪਾਤਸ਼ਾਹ ਕਹਿੰਦੇ, ਜਿਹਨੇ ਪਾਪ ਛੱਡਤੇ। ਪਾਪ ਕੀ ਹੈ, ਪਤਾ ਹੈ ਵੀ ਆਹ ਕੰਮ ਗਲਤ ਹੈ ਫਿਰ ਵੀ ਕਰੀ ਜਾਣਾ, ਉਹ ਪਾਪ ਹੈ ਗੁਰੂ। ਉਹ ਕਰਮਾਂ ਤੋਂ ਬਚੋ ਜਿਹਨੇ ਪਾਪ ਛੱਡਤੇ, ਮਨ ਵੈਰਾਗ ਧਾਰਨ ਕਰ ਲਿਆ, ਪਰਮਾਤਮਾ ਦਾ ਭਜਨ ਸ਼ੁਰੂ ਕਰਤਾ। ਮਹਾਰਾਜ ਕਹਿੰਦੇ ਸਮਝ ਲਓ ਉਹਨਾਂ ਦੇ ਮਸਤਕ ਦੇ ਭਾਗ ਚੰਗੇ ਹਨ। ਜਿਹੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਜਿਨ੍ਹਾਂ ਨੇ ਸੰਸਾਰ ਦੀ ਮੋਹ ਮਾਇਆ ਨੂੰ ਤਿਆਗ ਦਿੱਤਾ ਅਤੇ ਸੰਸਾਰ ਦੀ ਹਰ ਵਸਤੂ ਵੱਲੋਂ ਹੀ ਉਪਰਾਮ ਹੋ ਗਏ, ਮਨ ਵੈਰਾਗੀ ਹੋ ਗਿਆ। ਕਹੋ ਨਾਨਕ ਸੁਣ ਰੇ ਮਨਾ, ਤੇ ਘਟ ਬ੍ਰਹਮ ਨਿਵਾਸ। ਸਤਿਗੁਰ ਕਹਿੰਦੇ ਸਮਝ ਲਓ ਵੀ ਉਹਨਾਂ ਦੇ ਹਿਰਦੇ ਵਿੱਚ ਬ੍ਰਹਮ ਦਾ ਨਿਵਾਸ ਹੋ ਗਿਆ, ਪਰਮਾਤਮਾ ਵਸ ਗਿਆ। ਕਿਹਨਾਂ ਦੇ, ਜਿਨ੍ਹਾਂ ਨੇ ਸੰਸਾਰ ਦੀ ਮੋਹ ਮਾਇਆ ਨੂੰ ਤਿਆਗ ਦਿੱਤਾ। ਜਿਹੇ ਪ੍ਰਾਣੀ ਹਉ ਮੈਂ ਤਜੀ ਕਰਤਾ ਰਾਮ ਪਛਾਣ। ਜਿਹੜੇ ਪ੍ਰਾਣੀਆਂ ਨੇ ਹਉ ਮੈਂ ਤਿਆਗ ਦਿੱਤੀ, ਕਰਤੇ ਅਕਾਲ ਪੁਰਖ ਨੂੰ ਪਛਾਣ ਲਿਆ। ਕਹੋ ਨਾਨਕ ਵਹੁ ਮੁਕਤ ਨਰ, ਇਹ ਮਨ ਸਾਚੀ ਮਾਨ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਉਹ ਜੀਵ ਮੁਕਤ ਨੇ, ਹੇ ਮੇਰਿਆ ਮਨਾ, ਸੱਚੀ ਕਰਕੇ ਗੱਲ ਜਾਣੀ, ਜਿਨ੍ਹਾਂ ਨੇ ਆਪਣੀ ਹਉਮੈ ਤਿਆਗ ਦਿੱਤੀ, ਕਰਤੇ ਅਕਾਲ ਪੁਰਖ ਨੂੰ ਪਛਾਣ ਲਿਆ, ਉਹ ਜੀਵ ਜਿਉਂਦੇ ਜੀ ਮੁਕਤ ਹੋ ਗਏ। ਭੈ ਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ। ਕਲਯੁਗ ਦੇ ਸਮੇਂ ਵਿੱਚ ਸਾਨੂੰ ਕਈ ਤਰ੍ਹਾਂ ਦਾ ਡਰ ਹੈ ਗੁਰਮੁਖ ਪਿਆਰੇ। ਜਦੋਂ ਸਵੇਰੇ ਘਰੋਂ ਨਿਕਲੀਦਾ ਨਾ,
ਕਈ ਤਰ੍ਹਾਂ ਦੇ ਸੋਚ ਫਿਕਰ ਚਿੰਤਾਵਾਂ ਲੈ ਕੇ ਘਰੋਂ ਜਾਈਦਾ ਵੀ ਅੱਜ ਆਹ ਕਰਨਾ ਆਹ ਕਰਨਾ ਆਹ ਕਰਨਾ, ਅਤੇ ਦਿਨੇ ਵੀ ਭਰੋਸਾ ਨਹੀਂ ਹੁੰਦਾ ਵੀ ਸੁੱਖ ਨਾਲ ਘਰ ਮੁੜ ਆਵਾਂਗੇ, ਪਤਾ ਹੀ ਨਹੀਂ ਕਿਹੜੇ ਵੇਲੇ ਕੀ ਹੋ ਜਾਵੇ ਗੁਰਮੁਖ। ਅਤੇ ਹੁਣ ਦੇ ਜਦੋਂ ਆਹ ਹਾਲਾਤਾਂ ਨੂੰ ਦੇਖੀਦਾ, ਹੁਣ ਤਾਂ ਘਰਾਂ 'ਚ ਬੈਠੇ ਹੋਏ ਵੀ ਜੀਵ ਡਰੇ ਪਏ ਆ ਗੁਰਮੁਖ, ਦੇਖਿਆ ਮਾਲਕ ਦੀ ਖੇਡ, ਘਰ ਹੀ ਜੇਲਾਂ ਬਣ ਗਏ। ਆਖੋ ਸਤਨਾਮ ਵਾਹਿਗੁਰੂ। ਸਤ ਸੰਗਤ ਜੀ, ਪਰ ਸਤਿਗੁਰ ਕਹਿੰਦੇ ਡਰ ਕੇ ਕੀ ਕਰੇਗਾ ਭਾਈ, ਆ ਸੁਣ, ਭੈ ਨਾਸਨ ਦੁਰਮਤ ਹਰਨ, ਕਹਿੰਦੇ ਕਲਯੁਗ ਦੇ ਸਮੇਂ ਵਿੱਚ ਤੇਰੇ ਦੁੱਖਾਂ ਨੂੰ ਦੂਰ ਕਰਨ ਵਾਲਾ, ਤੇਰੀ ਮਾੜੀ ਸੋਚ ਨੂੰ ਸੁਧਾਰਨ ਵਾਲਾ ਪਰਮਾਤਮਾ ਦਾ ਨਾਮ ਹੈ ਭਾਈ, ਇਹਨੂੰ ਜਪਣਾ ਸ਼ੁਰੂ ਕਰ ਦੇ। ਨਿਸ ਦਿਨ ਜੋ ਨਾਨਕ ਭਜੈ ਸਫਲ ਹੋਹੀ ਤਹਿ ਕਾਮ। ਕਹਿੰਦੇ ਦਿਨ ਰਾਤ ਜਿਹੜੇ ਪਰਮਾਤਮਾ ਦਾ ਭਜਨ ਕਰਦੇ ਹੈ ਉਹਨਾਂ ਦੇ ਸਾਰੇ ਕਾਰਜ ਸਫਲ ਹੋਣਗੇ, ਪਰਮਾਤਮਾ ਆਪ ਸਿਰੇ ਚੜ੍ਹਾਉਂਦਾ ਗੁਰਮੁਖ। ਅਤੇ ਆਪਾਂ ਕਿਸੇ ਨੂੰ ਕੋਈ ਚਿੰਤਾ, ਕਿਸੇ ਨੂੰ ਕੋਈ ਚਿੰਤਾ ਭੱਜੇ ਫਿਰਦੇ ਹਾਂ, ਬੰਦਾ ਬੰਦਿਆਂ 'ਤੇ ਭਰੋਸਾ ਕਰਕੇ ਭੱਜਦਾ, ਪਰ ਸੱਚੀ ਗੱਲ ਇਹ ਹੈ ਭਾਈ ਆਪ ਭਜਨ ਸ਼ੁਰੂ ਕਰ ਦਿਉ, ਸੇਵਾ ਸ਼ੁਰੂ ਕਰ ਦਿਉ, ਪੁੰਨ ਦਾਨ ਸ਼ੁਰੂ ਕਰ ਦਿਉ, ਤੁਹਾਡਾ ਕੋਈ ਕਾਰਜ ਵਿਚਾਲੇ ਨਹੀਂ ਰਹੂਗਾ, ਮਾਲਕ ਨੇ ਸਿਰੇ ਲਾਉਣਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹਾਂ, ਲੋੜ ਹੈ ਭਜਨ ਦੀ। ਲਓ ਨੌਵੇਂ ਪਾਤਸ਼ਾਹ ਦੇ ਭੋਗ ਦੇ ਜਿਹੜੇ ਸਲੋਕ ਹੈ, 20 ਸਲੋਕਾਂ ਦੀ ਵਿਆਖਿਆ ਮਾਲਕ ਨੇ ਕਰਵਾਈ ਹੈ। ਹੁਣ ਜਿੰਨਾ ਕੁ ਸਮਾਂ ਆਪਣੇ ਕੋਲ ਹੈ, ਗੁਰੂ ਤੇਗ ਬਹਾਦਰ ਜੀ ਦਾ ਜੀਵਨ ਵੀ ਸੁਣੋ। ਇਹ ਨਹੀਂ ਵੀ ਇਕੱਲਾ ਕਿਹਾ, ਜੋ ਕਿਹਾ ਉਹ ਪਹਿਲਾਂ ਕੀਤਾ ਵੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਜਿਹੜੇ ਭੋਗ ਦੇ ਸਲੋਕ ਸੁਣਦੇ ਹੋ ਨਾ ਤੁਸੀਂ ਭਾਈ, ਇਹ ਸਲੋਕ ਮੇਰੇ ਸਤਿਗੁਰ ਨੇ ਦਿੱਲੀ ਉਚਾਰੇ ਹੈ। ਜਦੋਂ ਔਰੰਗਜ਼ੇਬ ਕੋਲ ਗਏ ਸੀ ਨਾ ਸਮਝਾਉਣ ਵਾਸਤੇ, ਦਿੱਲੀ ਉਚਾਰੇ, ਅਤੇ ਬਹੁਤੇ ਸਲੋਕ ਉਹ ਹੈ ਜਿਹੜੇ ਭਾਈ ਜੈਤਾ ਜੀ ਦੇ ਰਾਹੀਂ ਅਨੰਦਪੁਰ ਸਾਹਿਬ ਆਏ, ਅਤੇ ਕੁਛ ਸਲੋਕ ਉਹ ਵੀ ਨੇ, 4 ਸਲੋਕ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਭੇਜਿਆ ਸੀ ਚਿੱਠੀ ਲੈ ਕੇ, ਉਹ ਦਿੱਲੀ ਗਿਆ ਸੀ, ਅਤੇ ਉਹਦੇ ਰਾਹੀਂ ਵੀ ਸਲੋਕ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਭੇਜੇ ਸੀ, ਪਰਿਵਾਰ ਨੂੰ ਚਿੱਠੀਆਂ ਜੋ ਪਾਈਆਂ ਸੀ। ਆਓ, ਤੇਗ ਬਹਾਦੁਰ ਸਿਮਰਿਐ, ਗੁਰ ਤੇਗ ਬਹਾਦੁਰ ਸਿਮਰਿਐ, ਤੇਗ ਬਹਾਦੁਰ ਸਿਮਰਿਐ, ਗੁਰ ਤੇਗ ਬਹਾਦੁਰ ਸਿਮਰਿਐ, ਤੇਗ ਬਹਾਦੁਰ ਸਿਮਰਿਐ, ਗੁਰ ਤੇਗ ਬਹਾਦੁਰ ਸਿਮਰਿਐ, ਘਰ ਨੌ ਨਿਤ ਆਵੈ ਤਾਏ, ਤੇਗ ਬਹਾਦੁਰ ਸਿਮਰਿਐ, ਤੇਗ ਬਹਾਦੁਰ ਸਿਮਰਿਐ, ਘਰ ਨੌ ਨਿਤ ਆਵੈ ਤਾਏ, ਤੇਗ ਬਹਾਦੁਰ ਸਿਮਰਿਐ, ਗੁਰ ਤੇਗ ਬਹਾਦੁਰ ਸਿਮਰਿਐ, ਘਰ ਨੌ ਨਿਤ ਆਵੈ ਤਾਏ, ਤੇਗ ਬਹਾਦੁਰ ਸਿਮਰਿਐ, ਗੁਰ ਤੇਗ ਬਹਾਦੁਰ ਸਿਮਰਿਐ, ਘਰ ਨੌ ਨਿਤ ਆਵੈ ਤਾਏ, ਬਹਾਦੁਰ ਸਿਮਰਿਐ, ਤੇਗ ਬਹਾਦੁਰ ਸਿਮਰਿਐ, ਘਰ ਨੌ ਨਿਤ ਆਵੈ ਤਾਏ,
ਗੁਰ ਤੇਗ ਬਹਾਦਰ ਸਿਮਰਿਆ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਭੈ ਨਾਸਨ ਦੁਰਮਤ ਹਰਨ ਕਲਮੈ ਹਰ ਕੋ ਨਾਮ ਨਿਸਦਿਨ ਜੋ ਨਾਨਕ ਭਜੈ ਸਫਲ ਹੋਏ ਤਿਹ ਕਾਮ ਆਓ ਕਿਵੇਂ ਕਾਰਜ ਸਫਲ ਹੁੰਦੇ ਆ ਲਓ ਸੁਣ ਲਓ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਅਮਰ ਜੀਵਨ ਪਰ ਉਹਨਾਂ ਦਾ ਜੀਵਨ ਪੜ੍ਹ ਸੁਣ ਕੇ ਆਪਣੇ ਮਨ ਨੂੰ ਸਮਝਾਉਣਾ ਵੀ ਮਨਾ ਆਪ ਚੰਗੇ ਕੰਮ ਕਰ ਜੇ ਤੂੰ ਚੰਗਾ ਕਰਦਾ ਮੰਨ ਲਾ ਤੇਰਾ ਕੋਈ ਵਿਰੋਧ ਕਰਦਾ ਕਰਨ ਵਾਲੇ ਨੂੰ ਵਿਰੋਧ ਵੀ ਕਰੀ ਜਾਣ ਦੇ ਪਰ ਤੈਨੂੰ ਆਪਣੀ ਚੰਗਿਆਈ ਨਹੀਂ ਛੱਡਣੀ ਚਾਹੀਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਬੇ ਬਕਾਲੇ ਨਗਰ ਚਲੇ ਗਏ ਗੁਰੂ 26 ਸਾਲ 2 ਮਹੀਨੇ 13 ਦਿਨ ਦਾ ਸਮਾਂ ਭਗਤੀ ਕੀਤੀ ਹੈ ਉਦੋਂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਚੇਚਕ ਦੇ ਰੋਗੀਆਂ ਦੀ ਸੇਵਾ ਕਰਦੇ ਕਰਦੇ ਦਿੱਲੀ ਵਿਖੇ ਸਰੀਰ ਛੱਡ ਗਏ ਸੀ ਅਤੇ ਉਹਨਾਂ ਨੇ ਕਿਹਾ ਸੀ ਜਿਹੜਾ 9ਵਾਂ ਗੁਰੂ ਹੈ ਉਹ ਬਕਾਲੇ ਨਗਰ ਆਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਾਂ ਬਕਾਲੇ ਨਗਰ ਵਿਖੇ ਗੁਰਮੁਖ ਪਿਆਰਿਓ ਕਈ ਸੋਢੀ ਪਰਿਵਾਰ ਕਈ ਗੁਰੂ ਘਰ ਦੇ ਵਿਰੋਧੀ ਵੀ ਜਾ ਕੇ ਗੱਦੀਆਂ ਲਾ ਲਾ ਬਹਿ ਗਏ ਵੀ ਅਸੀਂ ਗੁਰੂ ਹਾਂ 9ਵੇਂ ਅਤੇ ਉਸ ਵੇਲੇ ਗੁਰੂ ਘਰ ਦੇ ਸ਼ਰਧਾਲੂ ਭਾਈ ਮੱਖਣ ਸ਼ਾਹ ਲੁਬਾਣਾ ਗੁਰਮੁਖ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਸਮਾਨ ਵੇਚਣ ਜਾਂਦੇ ਹੁੰਦੇ ਸੀ ਉਹਨਾਂ ਦਾ ਬੇੜਾ ਡੁੱਬਦਾ ਸੀ ਅਤੇ ਉਹਨਾਂ ਨੇ ਕੀਤੀ ਅਰਦਾਸ ਡੁੱਬਦਾ ਡੁੱਬਦਾ ਬੇੜਾ ਬੰਨੇ ਲੱਗ ਗਿਆ ਸਮਾਨ ਵਿਕਿਆ ਬਹੁਤ ਛੇਤੀ ਸੁਖਣਾ ਸੁਖੀ ਸੀ ਵੀ ਜੇ ਮੇਰਾ ਬੇੜਾ ਬੰਨੇ ਲੱਗ ਗਿਆ ਮੈਂ 500 ਮੋਹਰ ਭੇਟਾ ਚੜ੍ਹਾਊਂਗਾ ਅਤੇ ਜਦੋਂ ਆਏ ਘਰ ਮਨ ਵਿੱਚ ਸ਼ਰਧਾ ਆਈ ਗੁਰੂ ਘਰ ਦੀ ਭੇਟਾ ਦੇ ਆਈਏ ਪਤਾ ਕੀਤਾ ਵੀ 9ਵਾਂ ਗੁਰੂ ਹੁਣ ਕਿੱਥੇ ਹੈ ਦੱਸਣ ਵਾਲਿਆਂ ਨੇ ਦੱਸਤਾ ਵੀ ਸੁਣਿਆ 9ਵਾਂ ਗੁਰੂ ਜਿਹੜਾ ਬਕਾਲੇ ਨਗਰ ਵਿੱਚ ਆਇਆ ਖੋ ਸਤਨਾਮ ਸ੍ਰੀ ਵਾਹਿਗੁਰੂ ਉਸ ਵੇਲੇ ਮੱਖਣ ਸ਼ਾਹ ਲੁਬਾਣਾ ਸਕੇ ਸੰਬੰਧੀ ਅਤੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਬਕਾਲੇ ਨਗਰ ਆਇਆ ਗੁਰੂ ਜਦੋਂ ਆਇਆ ਬਾਬੇ ਬਕਾਲੇ ਆ ਕੇ ਕੀ ਦੇਖਿਆ 22 ਗੁਰੂ ਬਣੇ ਬੈਠੇ ਤਖਤ ਪੋਸ਼ ਲੱਗੇ ਮੰਜੀਆਂ ਡਾਹੀਆਂ ਉੱਤੇ ਚਾਨਣੀਆਂ ਸੇਵਾਦਾਰ ਚੌਰ ਕਰਨ ਅਤੇ ਖਿੱਚ ਖਿੱਚ ਕੇ ਲਿਆਉਣ ਜਦੋਂ ਪਤਾ ਲੱਗਿਆ ਨਾ ਵੀ ਤਕੜਾ ਵਪਾਰੀ ਆਇਆ ਕੋਈ ਬਾਂਹ ਤੋਂ ਫੜ ਕੇ ਖਿੱਚ ਖਿੱਚ ਕੇ ਲਿਆਉਣ ਵੀ ਮੱਖਣ ਸ਼ਾਹ
ਕੱਚੇ ਪਿੱਲੇ ਦੇ ਧੱਕੇ ਨਾ ਚੜ ਜੀ, ਸੱਚਾ ਗੁਰੂ ਤਾਂ ਸਾਡੇ ਵਾਲਾ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਮੱਖਣ ਸ਼ਾਹ ਲੁਭਾਣਾ ਸੀ ਜਿਹੜਾ ਗੁਰਮੁਖ ਪਿਆਰਿਓ, ਫਿਰ ਵੀ ਪੜ੍ਹਿਆ ਲਿਖਿਆ ਸਮਝਦਾਰ ਸੀ, ਵਪਾਰੀ ਸੀ, ਆਪਣੇ ਵਾਲਾ ਕੰਮ ਤਾਂ ਹੈ ਨਹੀਂ ਸੀ ਵੀ ਜਿਹਨੇ ਲਾਈ ਗੱਲੀ ਉਸੇ ਨਾਲ ਉੱਠ ਚੱਲੀ ਗੁਰਮੁਖ। ਤਾਂ ਪਤਾ ਹੀ ਨਹੀਂ ਕਿੰਨੇ ਕੁ ਰੱਬ ਬਣਾਈ ਬੈਠੇ ਹਾਂ ਆਪਾਂ। ਉਹਨੇ ਸੋਚ ਸਮਝ ਤੋਂ ਕੰਮ ਲਿਆ, ਕਹਿੰਦਾ ਜਾਣਾ ਤਾਂ ਪੈਣਾ, ਜਾਏ ਆਏ ਬਿਨਾਂ ਪਤਾ ਨਹੀਂ ਲੱਗਣਾ। ਮੈਂ ਜਾਊਂ ਜ਼ਰੂਰ, ਭੇਟਾ ਦੇਣੀ ਹੈ 500 ਮੋਹਰ, ਪਹਿਲਾਂ ਪਰਖ ਲਵਾਂ ਵੀ ਇਹਨਾਂ 'ਚੋਂ ਸੱਚਾ ਕਿਹੜਾ। ਜੇ ਮੇਰੀ ਸਮੁੰਦਰ ਵਿੱਚ ਡੁੱਬਦੇ ਹੋਏ ਬੇੜੇ ਵੇਲੇ ਅਰਦਾਸ ਸੁਣ ਸਕਦੇ ਹੈ ਤਾਂ ਇੱਥੋਂ ਵੀ ਸੁਣਨਗੇ। ਮਨ ਵਿੱਚ ਸ਼ਰਧਾ ਧਾਰ ਲਈ ਕਿ ਜਿਹੜਾ ਸੱਚਾ ਗੁਰੂ ਹੋਇਆ ਮੈਥੋਂ ਮੰਗ ਕੇ ਲਵੇ 500 ਮੋਹਰ। ਗਿਆ ਗੁਰਮੁਖੋ, ਜਿਹਦੇ ਵੀ ਡੇਰੇ ਜਾਇਆ ਕਰੇ, ਕਿਸੇ ਨੂੰ 2 ਮੋਹਰਾਂ, ਕਿਸੇ ਨੂੰ 5 ਮੋਹਰਾਂ ਮੱਥਾ ਟੇਕੀ ਜਾਂਦਾ ਹੈ। ਬਾਈ ਗੁਰੂ ਬਣੇ ਬੈਠੇ ਸੀ ਸਭ ਦੇ ਗਿਆ ਗੁਰਮੁਖ। ਉਹਨਾਂ ਨੇ ਅਸੀਸਾਂ ਤਾਂ ਬਹੁਤ ਦਿੱਤੀਆਂ, ਘਰ 'ਚ ਸੁੱਖ ਰਵੇ, ਕਾਰੋਬਾਰ ਚੰਗਾ ਚੱਲੇ, ਪੁੱਤ ਪੋਤੇ ਚੜ੍ਹਦੀ ਕਲਾ 'ਚ ਰਹਿਣ, ਪਰ ਜਿਹੜੀ ਇਹਦੇ ਮਨ 'ਚ ਗੱਲ ਸੀ ਉਹ ਕਿਸੇ ਨੇ ਨਾ ਦੱਸੀ। ਗੁਰੂ ਬੜਾ ਉਦਾਸ ਹੋਇਆ। ਸ਼ਾਮ ਨੂੰ ਕਿਸੇ ਬਜ਼ੁਰਗ ਨੂੰ ਪੁੱਛਿਆ ਵੀ ਬਾਬਾ ਜੀ ਇਹ ਦੱਸੋ, ਇੱਥੇ ਕੋਈ ਹੋਰ ਵੀ ਹੈਗਾ? ਉਹ ਬਜ਼ੁਰਗ ਨੇ ਦੱਸਿਆ, ਕਹਿੰਦਾ ਵੀ ਗੁਰੂ ਪਰਿਵਾਰ ਵਿੱਚੋਂ ਇੱਕ ਹੋਰ ਵੀ ਹੈਗਾ, ਪਰ ਉਹ ਜ਼ਿਆਦਾਤਰ ਭੋਰੇ 'ਚ ਹੀ ਬੈਠੇ ਰਹਿੰਦੇ ਹੈ, ਕਿਸੇ ਨਾਲ ਬਹੁਤੀ ਗੱਲ ਨਹੀਂ ਕਰਦੇ। 25-26 ਸਾਲ ਹੋ ਗਏ ਭੋਰੇ ਵਿੱਚ ਰਹਿੰਦੇ ਨੇ। ਸੁਣਿਆ ਮੈਂ ਲੋਕੀ ਉਹਨੂੰ ਤੇਗਾ ਕਮਲਾ ਕਹਿੰਦੇ ਆ, ਕਹਿੰਦੇ ਸਾਡੇ ਤਾਂ ਲੋਕ ਤੇਗਾ ਕਮਲਾ ਹੀ ਕਹਿੰਦੇ ਆ। ਕਿਸੇ ਨਾਲ ਬੋਲਦਾ ਨਾ, ਕਿਸੇ ਨਾਲ ਹੱਸਦਾ, ਦਿਲ ਵਾਲਾ ਭੇਤ ਵੀ ਨਹੀਂ ਕਿਸੇ ਕੋਲੇ ਦੱਸਦਾ। ਮੱਖਣ ਸ਼ਾਹ ਨੂੰ ਤਸੱਲੀ ਜੀ ਹੋ ਗਈ, ਕਹਿੰਦਾ ਚਲੋ ਉੱਥੇ ਵੀ ਜਾਇਆ। ਉਹਨੇ ਜਦੋਂ ਮੱਖਣ ਸ਼ਾਹ ਗਿਆ, ਮਾਤਾ ਗੁਜਰੀ ਜੀ ਤੋਂ ਆਗਿਆ ਲੈ ਲਈ, ਮੈਂ ਦਰਸ਼ਨ ਕਰਨ ਆਇਆ, ਅਤੇ ਜਾ ਕੇ ਮੱਥਾ ਟੇਕਿਆ ਗੁਰਮੁਖੋ। ਉਹ ਭੋਰਾ ਹੁਣ ਵੀ ਹੈਗਾ ਉੱਥੇ, ਜਿੱਥੇ ਮਹਾਰਾਜ ਤਪ ਕਰਦੇ ਹੁੰਦੇ ਸੀ। ਗੁਰੂ ਤੇਗ ਬਹਾਦਰ ਜੀ ਦਾ ਚੌਕੜਾ ਲੱਗਿਆ ਨੇਤਰਬੰਦ, ਅਤੇ ਜਦੋਂ ਮੱਖਣ ਸ਼ਾਹ ਲੁਭਾਣੇ ਨੇ ਜਾ ਕੇ ਮੱਥਾ ਟੇਕਿਆ, 5 ਮੋਹਰਾਂ ਮੂਹਰੇ ਧਰ ਕੇ ਮੱਥਾ ਟੇਕ ਕੇ ਮੁੜਨ ਲੱਗਿਆ, ਅਤੇ ਗੁਰੂ ਤੇਗ ਬਹਾਦਰ ਜੀ ਦੇ ਉੱਪਰ ਚਾਦਰ ਲਈ ਹੋਈ ਸੀ ਗੁਰਮੁਖ, ਇੱਕ ਕਸ਼ਹਿਰਾ, ਇੱਕ ਖੱਦਰ ਦੀ ਚਾਦਰ, ਇੱਕ ਤੌਲੀਆ ਕਹਿ ਲਓ, ਤਿੰਨੀ ਚੀਜ਼ਾਂ ਰੱਖਦੇ ਸੀ ਬਸ। ਉਹ ਜਿਹੜੀ ਚਾਦਰ ਲਈ ਹੋਈ ਸੀ ਨਾ, ਜਦੋਂ ਮੱਖਣ ਸ਼ਾਹ ਮੱਥਾ ਟੇਕ ਕੇ 5 ਮੋਹਰਾਂ ਧਰ ਕੇ ਮੁੜਨ ਲੱਗਾ, ਮੇਰੇ ਸਤਿਗੁਰ ਨੇ ਇੱਦਾਂ ਸੱਜੇ ਮੋਢੇ ਤੋਂ ਚਾਦਰਾ ਲਾ ਤਾ ਗੁਰਮੁਖ, ਅਤੇ ਮੱਖਣ ਸ਼ਾਹ ਦੀ ਪੈ ਗਈ ਨਿਗਾਹ, ਮੋਢੇ ਦੇ ਉੱਤੇ ਸੱਟ ਵੱਜੀ ਹੋਈ, ਨਿਸ਼ਾਨ ਪਿਆ ਹੋਇਆ। ਫਿਰ ਪੁੱਛਦਾ ਹੈ, ਕਹਿੰਦਾ ਭੋਰੇ 'ਚ ਬਹਿ ਕੇ ਤਪੱਸਿਆ ਕਰਨ ਵਾਲੇ ਤਪੱਸਵੀ ਦੇ ਨਿਸ਼ਾਨ ਕਾਹਦਾ? ਕਹਿੰਦਾ ਜਿਹੜਾ ਬੰਦਾ ਤਾਂ ਬਾਹਰ ਅੰਦਰ ਤੁਰਿਆ ਫਿਰਦਾ, ਆਪਾਂ ਮੰਨ ਲੈਂਦੇ ਹਾਂ ਵੀ ਸੱਟ ਫੇਟ ਵੱਜੀ ਹੋ। ਕਹਿੰਦਾ ਜੀ ਨਿਸ਼ਾਨ ਕਾਹਦਾ ਹੈ? ਜਦੋਂ ਆਹ ਗੱਲ ਕਹੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਨਾ ਤਾਂ ਫੜ ਲਈ ਬਾਂਹ, ਨਾਲੇ ਕਹਿੰਦੇ ਮੱਖਣ ਸ਼ਾਹ ਆਪ ਹੀ ਅਰਦਾਸ ਕਰਦਾ ਸੀ ਵੀ ਡੁੱਬਦਾ ਬੇੜਾ ਬੰਨੇ ਲਾ ਦਿਓ, ਅਤੇ ਹੁਣ ਨਿਸ਼ਾਨ ਪੁੱਛਦਾ? ਇਹ ਨਿਸ਼ਾਨ ਹੋਰ ਨਹੀਂ ਕਾਸੇ ਦਾ,
ਜਦੋਂ ਤੇਰਾ ਬੇੜਾ ਡੁੱਬਦਾ ਸੀ ਨਾ ਤੈਂ ਅਰਦਾਸ ਕੀਤੀ ਸੀ ਮੈਂ ਇਹੀ ਮੋਢਾ ਲਾ ਕੇ ਤੇਰਾ ਬੇੜਾ ਪਾਰ ਕੀਤਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਸੱਜਣਾ ਇੱਕ ਗੱਲ ਦੱਸ ਤੂੰ ਸੁਖਣਾ ਤਾਂ ਸੁਖੀ ਸੀ 500 ਮੋਹਰ ਤੇ ਹੁਣ 5 ਧਰ ਕੇ ਮੁੜ ਚੱਲੇ ਸੇਖੀ ਵਿੱਚ ਆ ਕੇ ਕਾਹਤੋਂ ਸੁਖੀ ਸੀ ਤੂੰ ਸੁਖਣਾ ਉਦੋਂ ਤਾਂ ਸੁੱਖ ਸੁੱਖ ਲਈ 500 ਮੋਹਰ ਦੇਵਾਂਗਾ ਦੱਸ ਸਾਡਾ ਉਧਾਰ ਹਜੇ ਕਿੰਨਾ ਕੁ ਚਿਰ ਹੋਰ ਰੱਖੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਆਹ ਗੱਲ ਕਹੀ ਨਾ ਤੇ ਮੱਖਣ ਸ਼ਾਹ ਦੇ ਨੇਤਰਾਂ ਚੋਂ ਨੀਰ ਵਗ ਪਿਆ ਕਹਿੰਦਾ ਮੈਂ ਤਾਂ ਸੁਣਿਆ ਸੀ ਗੁਰੂ ਮਾਇਆ ਨਹੀਂ ਮੰਗਦਾ ਮਹਾਰਾਜ ਕਹਿੰਦੇ ਜੇ ਅੱਜ ਨਾ ਮੰਗਦੇ ਤੇਰੀ ਤਸੱਲੀ ਨਹੀਂ ਸੀ ਹੋਣੀ ਤੈਂ ਸੋਚ ਕੇ ਆਇਆ ਸੀ ਨਾ ਕਿ ਜਿਹੜਾ ਸੱਚਾ ਗੁਰੂ ਹੋਇਆ ਮਾਇਆ ਮੰਗ ਕੇ ਲੈ ਲਵੇ ਇਹ ਤਾਂ ਮੰਗੀ ਹੈ ਫਿਰ ਮੱਖਣ ਸ਼ਾਹ ਉੱਥੇ ਰੋਇਆ ਨਾਲੇ ਤਾਂ ਸਤਿਗੁਰ ਦੇ ਚਰਨਾਂ 'ਚ ਮੱਥਾ ਟੇਕਦਾ ਅਤੇ ਨਾਲੇ ਕਹਿੰਦਾ ਕਹਿੰਦਾ ਪਾਤਸ਼ਾਹ ਤੁਸੀਂ ਤਾਂ ਬੈਠੇ ਹੋ ਇੱਥੇ ਭਜਨ ਪਾਠ ਤਪ ਕਰ ਰਹੇ ਹੋ ਪਰ ਬਾਹਰ ਜਾ ਕੇ ਦੇਖੋ ਬਾਈ ਗੁਰੂ ਬਣੇ ਬੈਠੇ ਭੋਲੀ ਭਾਲੀ ਜਨਤਾ ਦੀ ਹੋ ਰਹੀ ਆ ਲੁੱਟ ਏਦਾਂ ਤਾਂ ਬੈਠ ਕੇ ਸਰਨਾ ਨਹੀਂ ਬਾਹਰ ਚੱਲ ਕੇ ਸੰਸਾਰ ਦਾ ਭਲਾ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਉਸ ਵੇਲੇ ਮੱਖਣ ਸ਼ਾਹ ਕਹਿੰਦਾ ਮੈਂ ਸੰਗਤ ਨੂੰ ਦੱਸਦਾ ਵੀ ਸੱਚਾ ਗੁਰੂ ਆ ਮੈਨੂੰ ਪਤਾ ਲੱਗ ਗਿਆ ਮਹਾਰਾਜ ਕਹਿੰਦੇ ਦੱਸੀ ਨਾ ਜੇ ਤੂੰ ਬਾਹਰ ਜਾ ਕੇ ਦੱਸੇਗਾ ਤੇਰਾ ਮੂੰਹ ਕਾਲਾ ਕਰਾਂਗੇ ਹੁਣ ਦੇਖ ਲਓ ਜਿਹੜੇ ਹੁਣ ਕਹਿੰਦੇ ਆ ਨਾ ਵੀ ਅਸੀਂ ਰੱਬ ਦਾ ਰੂਪ ਹਾਂ ਜਾਂ ਸਾਨੂੰ ਰੱਬ ਬਣ ਗਿਆ ਉਹਨਾਂ ਦੇ ਤਾਂ ਏਜੰਟ ਰੱਖੇ ਹੋਏ ਆ ਰੌਲਾ ਪਾਉਂਦੇ ਆ ਐਡ ਕਰਦੇ ਆਪਣੀ ਵੱਧ ਤੋਂ ਵੱਧ ਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਨੇ ਫਿਰ ਵੀ ਕਹਿੰਦੇ ਆ ਕਿਸੇ ਨੂੰ ਕੁਛ ਕਹਿਣ ਦੀ ਲੋੜ ਹੀ ਨਹੀਂ ਬਾਣੀ 'ਚ ਲਿਖਿਆ ਪਿਆਰਿਓ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਜਿਹੜਾ ਵੀ ਕੋਈ ਚੰਗੇ ਕੰਮ ਕਰਦਾ ਨਾ ਭਗਤੀ ਕਰਦਾ ਰੱਬ ਦੀ ਉਹਨੂੰ ਕੋਈ ਛਪਾ ਨਹੀਂ ਸਕਦਾ ਪ੍ਰਗਟ ਹੋ ਹੀ ਜਾਣਾ ਹੈ ਅਤੇ ਹੁਣ ਆਪਣਾ ਕੀ ਹਾਲ ਹੈ ਪਿਛਲੇ ਸਾਲ ਵੀ ਲੋਕਡਾਊਨ ਲੱਗ ਗਿਆ ਸੀ ਹੁਣ ਫਿਰ ਲੋਕਡਾਊਨ ਹੈ ਕੁਛ ਤਾਂ ਉਹ ਨੇ ਜਿਨ੍ਹਾਂ ਦਾ ਗੁਜ਼ਾਰਾ ਨਹੀਂ ਚੱਲਦਾ ਮੰਗ ਮੁੰਗ ਕੇ ਖਾ ਲੈਂਦੇ ਹੈ ਕੁਛ ਉਹ ਨੇ ਜਿਹੜੇ ਕਿਸੇ ਤੋਂ ਮੰਗਣ ਜੋਗੇ ਵੀ ਹੈ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਤਾ ਕਈ ਮਿਲਦੇ ਹੈ ਕਹਿੰਦੇ ਜੀ ਦੇਣ ਵਾਲੇ ਰਸਤਾ ਬਸਤਾ ਮਾਇਆ ਖਾਣ ਪੀਣ ਦਾ ਸਮਾਨ ਦੇ ਤਾਂ ਜਾਂਦੇ ਹੈ ਪਰ ਫੋਟੋਆਂ ਖਿੱਚ ਖਿੱਚ ਕੇ ਵੀ ਇੰਟਰਨੈੱਟ 'ਤੇ ਪਾਈ ਜਾਂਦੇ ਹੈ ਸਾਡੀ ਤਾਂ ਪੁੱਤ ਪੋਤਿਆਂ ਤੱਕ ਬੇਇੱਜ਼ਤੀ ਹੋ ਜੂ ਵੀ ਮੰਗ ਕੇ ਖਾਂਦੇ ਰਹੇ ਹੋ ਕਈ ਇਸ ਗੱਲੋਂ ਡਰਦੇ ਮੰਗਦੇ ਹੀ ਨਹੀਂ ਗੁਰਮੁਖੋ ਕੋਸ਼ਿਸ਼ ਕਰਿਆ ਕਰੋ ਮੇਰੀ ਤਾਂ ਹੱਥ ਬੰਨ ਕੇ ਬੇਨਤੀ ਹੈ ਤਿਲ ਫੁੱਲ ਮਾਇਆ ਖਾਣ ਪੀਣ ਦਾ ਸਮਾਨ ਵਸਤਰ ਜਿੰਨਾ ਕੁ ਕਰ ਸਕਦੇ ਹੋ ਪੁੰਨ ਦਾਨ ਕਰ ਲਿਆ ਕਰੋ ਪਰ ਗੁਪਤ ਰੱਖ ਲਿਆ ਕਰੋ ਕਾਹਦੀ ਹਉਮੈ ਹੈ ਅਤੇ ਨਾ ਦੂਜਿਆਂ ਦੀ ਬੇਇੱਜ਼ਤੀ ਕਰੀਏ ਜੀ ਆਪਾਂ ਗੁਰਮੁਖੋ ਕਰ ਲਓ ਦਾਨ ਨੇਕੀ ਕਰੋ ਪਰ ਭੁੱਲ ਜਾਓ ਆ ਫਸਲਾਂ ਬੀਜਦੇ ਹੋ ਨਾ ਜ਼ਿਮੀਂਦਾਰ ਬੈਠੇ ਹੋ ਕਣਕ ਬੀਜੋ ਮੱਕੀ ਬੀਜੋ ਉਹਦੇ ਉੱਤੇ ਵੀ ਮਿੱਟੀ ਪਾਈ ਦੀ ਹੈ ਦੱਬੀ ਦੀ ਹੈ ਧਰਤੀ 'ਚ ਤਾਂ ਹਰੇ ਹੁੰਦੇ ਆ ਜਿਹੜੇ ਦਾਣੇ ਬਾਹਰ ਰਹਿ ਜਾਣ ਉਹਨਾਂ ਨੂੰ ਤਾਂ ਪੰਛੀ ਹੀ ਚੁੱਕ ਕੇ ਲੈ ਜਾਂਦੇ ਆ ਇਸ ਕਰਕੇ ਦਾਨ ਪੁੰਨ ਹੈ ਜਿਹੜਾ ਕਰੋ ਜਿੰਨਾ ਮਰਜ਼ੀ
ਇਹਨੂੰ ਵਿਖਾਵਾ ਨਾ ਬਣਾਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਲੋੜਵੰਦ ਗਰੀਬ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮੱਖਣ ਸ਼ਾਹ ਜੇ ਬਾਹਰ ਜਾ ਕੇ ਦੱਸਿਆ ਤੇਰਾ ਮੂੰਹ ਕਾਲਾ ਕਰਾਂਗੇ। ਮੱਖਣ ਸ਼ਾਹ ਕਹਿੰਦਾ, ਮੈਂ ਆਪ ਹੀ ਕਰ ਲੈਂਦਾ, ਆਪੇ ਹੀ ਤਵੇ 'ਤੇ ਹੱਥ ਫੇਰ ਕੇ ਮੂੰਹ 'ਤੇ ਫੇਰ ਲੇ। ਕਹਿੰਦਾ, ਦੁਨੀਆ ਨੂੰ ਲੁੱਟ ਤੋਂ ਬਚਾਉਣਾ, ਆ ਪਖੰਡਵਾਦ ਨੂੰ ਦੂਰ ਕਰਕੇ ਸੱਚ ਦੀ ਗੱਲ ਦੱਸਣੀ ਹੈ, ਮੇਰਾ ਮੂੰਹ ਕਾਲਾ ਹੁੰਦਾ ਹੋ ਜੇ। ਆਪੇ ਹੀ ਮੂੰਹ ਕਾਲਾ ਕਰਕੇ ਮੱਖਣ ਸ਼ਾਹ ਨੇ ਕੋਠੇ ਚੜ੍ਹ ਕੇ ਰੌਲਾ ਪਾਤਾ ਸੀ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਫਿਰ ਸੰਗਤਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਈਆਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਤੁਹਾਨੂੰ ਵੀ ਬੇਨਤੀ ਹੈ, ਸੱਚੇ ਗੁਰੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ, ਜੇ ਬਚਣਾ ਇਹਨਾਂ ਦੇ ਲੜ ਲੱਗ ਜਾਓ। ਜਿਹੜੇ ਆਪਾਂ ਕੱਚੇ ਪਿੱਲਿਆਂ ਮੰਗਰ ਲੱਗ ਜਾਂਦੇ ਹਾਂ, ਚਲੋ ਸੰਗਤ ਦਾ ਤਾਂ ਕੋਈ ਕਸੂਰ ਨਹੀਂ ਹੁੰਦਾ, ਸਾਧੂ ਸੰਤ ਕਿਸੇ ਵੀ ਭੇਖ ਦੇ ਹੈ, ਅਸੀਂ ਤਾਂ ਕਰਦੇ ਹਾਂ ਉਹਨਾਂ ਦਾ ਸਤਿਕਾਰ, ਕਿਉਂਕਿ ਜਿਹੜੇ ਉਹਨਾਂ ਦੇ ਬਚਨ ਨੇ ਉਹਨਾਂ ਨਾਲ ਭਲਾ ਹੋਣਾ। ਮਹਾਰਾਜ ਕਹਿੰਦੇ, ਦੇਹਾਂ ਨਾਲ ਨਾ ਜੁੜੋ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਹੈ। ਜਿਹੜਾ ਕੋਈ ਸਾਧੂ ਸੰਤਾਂ ਦਾ ਬਚਨ ਕਮਾਊ ਉਹ ਗੁਰੂ ਦੀ ਕਿਰਪਾ ਨਾਲ ਤਰਜੂਗਾ, ਅਤੇ ਸਾਧੂ ਸੰਤ ਜਿੰਨੇ ਆ ਉਹਨਾਂ ਨੂੰ ਵੀ ਬਚਨ ਉਹੇ ਜੇ ਕਰਨੇ ਚਾਹੀਦੇ ਹੈ ਜਿਹਦੇ ਨਾਲ ਸੰਸਾਰ ਪਰਮੇਸ਼ਰ ਨਾਲ ਜੁੜੇ ਗੁਰੂ। ਅਤੇ ਜਦੋਂ ਆਪਾਂ ਸਰੀਰਾਂ ਨਾਲ ਜੁੜ ਜਾਂਦੇ ਹਾਂ, ਜੇ ਕੋਈ ਆਗੂ ਗਲਤੀ ਕਰ ਜੇ, ਕਈਆਂ ਨੇ ਕੀਤੀਆਂ ਨਾ, ਗਲਤੀ ਇੱਕ ਕਰਦਾ ਹੈ ਅਤੇ ਜਿਉਣਾ ਮੰਗਰਲਿਆਂ ਦਾ ਹਰਾਮ ਹੋ ਜਾਂਦਾ ਗੁਰੂ। ਇਸ ਕਰਕੇ ਕੋਸ਼ਿਸ਼ ਕਰੋ, ਜਿਹੜਾ ਕੋਈ ਗਿਆਨ ਦਿੰਦਾ ਉਹ ਤੋਂ ਲੈ ਲਓ ਚੰਗੀ ਗੱਲ, ਪੱਲੇ ਬੰਨ੍ਹ ਕੇ ਜੀਵਨ ਚੰਗਾ ਬਣਾ ਲਓ। ਪਰ ਜੇ ਸਿੱਖ ਪਰਿਵਾਰਾਂ 'ਚ ਪੈਦਾ ਹੋਏ ਹੋ, ਗੁਰੂ ਸਾਡਾ ਇੱਕੋ ਹੀ ਹੈ, ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ, ਆਖੋ ਸਤਨਾਮ ਵਾਹਿਗੁਰੂ। ਹਾਂ, ਗਿਆਨ ਦੇਣ ਵਾਲੇ ਦਾ ਸਤਿਕਾਰ ਕਰ ਦਿਓ, ਪਰ ਜੁੜਨਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਾਈ, ਫੇਰ ਹੀ ਸਾਡਾ ਭਲਾ ਹੋਣਾ। ਇਹ ਸਤਿਗੁਰ ਕਹਿ ਕੇ ਗਏ ਹੈ, ਆਗਿਆ ਭਈ ਅਕਾਲ ਕੀ, 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 ਆਗਿਆ ਭਈ ਅਕਾਲ ਕੀ। ਤਵੇ ਚਲਾਇਓ ਪੰਥ, ਤਵੇ ਚਲਾਇਓ ਪੰਥ, ਚਲਾਇਓ ਪੰਥ, ਤਵੇ ਚਲਾਇਓ ਪੰਥ, ਤਵੇ ਚਲਾਇਓ ਪੰਥ, ਤਵੇ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ, ਸਿੱਖਣ ਕੋ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, 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 ਗੁਰੂ ਮਾਨਿਓ ਗ੍ਰੰਥ। ਸਾਰੇ ਸਿੱਖਾਂ ਨੂੰ ਮਹਾਰਾਜ ਦਾ ਹੁਕਮ ਹੈ ਕਿ ਭਾਈ ਅੱਜ ਤੋਂ ਤੁਹਾਡੇ ਗੁਰੂ
ਗੁਰੂ ਗ੍ਰੰਥ ਸਾਹਿਬ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸੱਚੀ ਗੱਲ ਇਹ ਹੈ, ਇਹਨਾਂ ਦੇ ਲੜ ਲੱਗੋਗੇ ਕਿਤੇ ਹਾਰ ਨਹੀਂ ਦੇਖਣੀ ਪਊ, ਗੁਰੂ ਜਿੱਤ ਹੀ ਜਿੱਤ ਹੈ। ਹੁਣ ਜ਼ਿਕਰ ਕਰ ਰਹੇ ਸਾਂ ਮੱਖਣ ਸ਼ਾਹ ਲੁਬਾਣੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪ੍ਰਗਟ ਕੀਤਾ, ਤੇ ਉੱਥੇ ਵੀ ਫਿਰ ਵਿਰੋਧੀਆਂ ਨੇ ਕੀ ਕੀਤਾ ਹੈ, ਜਦੋਂ ਦੇਖਿਆ ਗੁਰੂ ਤੇਗ ਬਹਾਦਰ ਜੀ ਦੀ ਜੈ ਜੈਕਾਰ ਹੋਈ, ਗੁਰੂ ਤੇਗ ਬਹਾਦਰ ਜੀ 'ਤੇ ਗੋਲੀ ਚਲਾਤੀ ਗੁਰੂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਮੱਖਣ ਸ਼ਾਹ ਲੁਬਾਣੇ ਨੂੰ ਕਿਹਾ ਸੀ, ਲੁਬਾਣਾ ਜੀ ਲਓ ਫਿਰ ਆਪਣਾ ਸਾਜੋ ਸਮਾਨ ਬੰਨੋ, ਜੇ ਸਾਡੇ ਇੱਥੇ ਰਹਿਣ ਨਾਲ ਇਹ ਦੁਖੀ ਹੁੰਦੇ ਆਪਾਂ ਹੀ ਚੱਲੀਏ। ਮਹਾਰਾਜ ਬਾਬੇ ਬਕਾਲੇ ਤੋਂ ਚੱਲ ਪਏ ਨੌਵੇਂ ਪਾਤਸ਼ਾਹ, ਅਤੇ ਜੇ ਗਏ ਕਿੱਥੇ, ਅੰਮ੍ਰਿਤਸਰ ਸਾਹਿਬ। ਹੁਣ ਆਹ ਗੱਲ ਥੋੜ੍ਹੀ ਜਿਹੀ ਧਿਆਨ ਨਾਲ ਸਮਝ ਲਿਓ, ਜਦੋਂ ਅੰਮ੍ਰਿਤਸਰ ਸਾਹਿਬ ਗਏ ਤਾਂ ਉਸ ਵੇਲੇ ਮਹੰਤ ਸਨ ਬਾਬਾ ਹਰਜੀ ਗੁਰਮੁਖ, ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪਿਰਥੀ ਚੰਦ। ਪਿਰਥੀ ਚੰਦ ਦਾ ਪੁੱਤਰ ਹੋਇਆ ਮਿਹਰਬਾਨ, ਅਤੇ ਮਿਹਰਬਾਨ ਦਾ ਸਪੁੱਤਰ ਹੋਇਆ ਹਰਜੀ, ਪੋਤਾ ਸੀ ਪਿਰਥੀ ਚੰਦ ਦਾ। ਉਸ ਵੇਲੇ ਮਹੰਤ ਸੀ ਉੱਥੇ ਅੰਮ੍ਰਿਤਸਰ। ਜਦੋਂ ਉਹਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਆ ਗਏ, ਅੰਮ੍ਰਿਤਸਰ ਦੇ ਦਰਵਾਜ਼ੇ ਹੀ ਬੰਦ ਕਰ ਲਏ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਚਾਰੇ ਹੀ ਦਰਵਾਜ਼ੇ ਬੰਦ ਕਰ ਲਏ ਗੁਰਮੁਖ ਪਿਆਰਿਓ। ਕਹਿੰਦਾ ਇਹਨੂੰ ਹਰਿਮੰਦਰ ਸਾਹਿਬ ਵੜਨ ਹੀ ਨਹੀਂ ਦੇਣਾ, ਇੰਨੀ ਈਰਖਾ। ਅਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਮੱਖਣ ਸ਼ਾਹ ਜੀ ਤੁਸੀਂ ਜਾਇਆਓ, ਦੇਗ ਕਰਾਇਆਓ, ਜੇ ਸਾਨੂੰ ਇਹ ਨਹੀਂ ਮਨਜ਼ੂਰ ਕਰਦੇ ਆਉਣਾ, ਆਪਾਂ ਕਿਹੜਾ ਝਗੜਾ ਕਰਨਾ, ਅਸੀਂ ਤਾਂ ਦਰਸ਼ਨ ਕਰਨ ਆਏ ਹਾਂ, ਇੱਥੇ ਲੜਾਈ ਝਗੜਾ ਨਹੀਂ ਕਰਨਾ, ਕਿਉਂਕਿ ਬਚਨ ਹੈ ਅੰਮ੍ਰਿਤਸਰ ਸਿਫਤੀ ਦਾ ਘਰ। ਜਦੋਂ ਜਾਂਦੇ ਹੋ ਦਰਸ਼ਨ ਕਰਨ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਬਣਿਆ ਨਾ, ਇੱਕ ਪਾਸਿਓ ਆਪਾਂ ਪੌੜੀਆਂ ਚੜ੍ਹਦੇ ਹਾਂ, ਫਿਰ ਮੱਥਾ ਟੇਕ ਕੇ ਬਾਹਰਲੇ ਪਾਸੇ ਜਿੱਧਰ ਉਤਰੀਦਾ ਹੈ, ਉੱਧਰ ਨੌਵੇਂ ਪਾਤਸ਼ਾਹ ਦਾ ਅਸਥਾਨ ਬਣਿਆ ਹੋਇਆ ਥੜਾ ਸਾਹਿਬ, ਥੱਲੇ ਭੋਰਾ ਹੈ, ਭੋਰੇ ਦੇ ਵਿੱਚ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦਾ ਗੁਰਮੁਖ। ਉੱਥੇ ਪਿਆਰਿਓ ਗੁਰੂ ਤੇਗ ਬਹਾਦਰ ਜੀ ਬਾਹਰ ਹੀ ਬੈਠੇ, ਉੱਥੇ ਹੀ ਦੀਵਾਨ ਸਜਾਇਆ, ਉੱਥੇ ਹੀ ਦੇਗਾਂ ਬਣਾਈਆਂ, ਉੱਥੇ ਹੀ ਮੱਥਾ ਟੇਕ ਕੇ ਅਰਦਾਸ ਕੀਤੀ ਸੀ। ਅਤੇ ਜਦੋਂ ਮਹਾਰਾਜ ਤੁਰਨ ਲੱਗੇ, ਕਈ ਵਾਰ ਕਹਿੰਦੇ ਆ ਨਾ ਵੀ ਬਚਨ ਕੀਤਾ ਅੰਮ੍ਰਿਤ ਸਰੀਏ ਅੰਦਰ ਸੜੀਏ, ਲੈ ਗੱਲ ਨੂੰ ਹੁਣ ਧਿਆਨ ਨਾਲ ਸਮਝ ਲਿਓ। ਗੁਰਬਾਣੀ ਵਿੱਚ ਤਾਂ ਲਿਖਿਆ ਅੰਮ੍ਰਿਤਸਰ ਸਿਫਤੀ ਦਾ ਘਰ, ਅਤੇ ਗੁਰੂ ਤੇਗ ਬਹਾਦਰ ਕਹਿ ਸਕਦੇ ਆ ਭਲਾ ਵੀ ਅੰਮ੍ਰਿਤ ਸਰੀਏ ਅੰਦਰ ਸੜੀਏ? ਸਾਰੇ ਅੰਮ੍ਰਿਤਸਰ ਦੇ ਵਾਸੀਆਂ ਨੂੰ ਨਹੀਂ ਸੀ ਕਿਹਾ, ਹਾਂ ਜਿਹੜੇ ਮਸੰਦ ਸੀ, ਕਿਤੇ ਪੜ੍ਹੋ ਤਾਂ ਸਹੀ ਬਚਨ ਮਹਾਰਾਜ ਦੇ ਉਚਾਰੇ ਹੋਏ। ਪਾਤਸ਼ਾਹ ਕਹਿੰਦੇ ਜਿਹੇ ਮਸੰਦ ਤੁਮ ਅੰਮ੍ਰਿਤ ਸਰੀਏ, ਕਹਿੰਦੇ ਜਿਹੜੇ ਤੁਸੀਂ ਮਸੰਦ ਹੋ ਨਾ ਅੰਮ੍ਰਿਤਸਰ ਦੇ, ਤ੍ਰਿਸ਼ਨਾ ਅਗਨ ਮਹਿ ਅੰਤਰ ਸੜੀਏ, ਕਹਿੰਦੇ ਤੁਸੀਂ ਮੋਹ ਮਾਇਆ ਦੀ ਤ੍ਰਿਸ਼ਨਾ ਤੇ ਵੈਰ ਵਿਰੋਧ ਦੀ ਅੱਗ ਵਿੱਚ ਅੰਦਰੋਂ ਸੜ ਰਹੇ ਹੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਅੰਮ੍ਰਿਤਸਰ ਦੇ ਵਾਸੀਆਂ ਨੂੰ ਨਹੀਂ ਸੀ ਕਿਹਾ, ਜਿਹੜੇ ਉੱਥੇ ਮਸੰਦ ਸੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਅੰਦਰੋਂ ਅੰਦਰ ਹੀ ਈਰਖਾ ਨਾਲ ਸੜੇ ਹੋਏ ਹੋ, ਤੇ ਇਹੋ ਜਿਹਾ ਬਚਨ ਕੀਤਾ ਹੈ, ਮੁੜ ਕੇ ਮਸੰਦ ਪ੍ਰਥਾ ਖਤਮ ਹੀ ਹੋ ਗਈ ਗੁਰਮੁਖ। ਅੰਮ੍ਰਿਤਸਰ ਤਾਂ ਕਿਹੜੇ ਫਿਰ ਮਸੰਦ ਆਗੂ ਬਣਨੇ ਸੀ, ਜਿਹੜੇ ਹੋਰ ਵੀ ਕਿਤੇ ਮਸੰਦ ਸੀ ਨਾ ਗੁਰੂ ਘਰ ਦੇ,
ਦੋ ਚੌਂ ਨੂੰ ਛੱਡ ਕੇ ਜਿਹੜੇ ਸੱਚੇ ਸੀ, ਬਾਕੀਆਂ ਨੂੰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੇਲ ਪਾ ਪਾ ਸਾੜਿਆ, ਜਿਉਂਦਿਆਂ ਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਹੋਵੋ ਤੁਸੀਂ ਆਗੂ, ਆਗੂ ਨੂੰ ਤਾਂ ਚਾਹੀਦਾ ਸਭ ਨਾਲ ਰਲ ਮਿਲ ਕੇ ਚੱਲੇ, ਪ੍ਰੇਮ ਸਤਿਕਾਰ ਦਾ ਜੀਵਨ ਜਿਉਵੇ। ਤੁਸੀਂ ਵਿਰੋਧ ਕਰਦੇ ਹੋ, ਗੁਰੂਆਂ ਦੀ ਧਰਤੀ ਦੇ ਦਰਸ਼ਨ ਨਹੀਂ ਕਰਨ ਦਿੰਦੇ। ਤਾਂ ਕਿਹਾ ਸੀ ਤ੍ਰਿਸ਼ਨਾ ਅਗਨ ਮੈਂ ਅੰਤਰ ਸੜੀਏ, ਮਸੰਦਾਂ ਨੂੰ ਕਿਹਾ ਸੀ ਗੁਰਮੁਖ। ਅਤੇ ਆਪਾਂ ਕਈ ਵਾਰੀ ਸਾਰਿਆਂ ਨੂੰ ਹੀ ਕਹਿ ਦੇ ਰਹੇ ਹਾਂ ਵੀ ਅੰਮ੍ਰਿਤ ਸਰੀਏ, ਅੰਦਰ ਸੜੀਏ। ਇੱਦਾਂ ਨਹੀਂ, ਇਹ ਤਾਂ ਸਤਿਗੁਰ ਦਾ ਬਚਨ ਹੈ, ਅੰਮ੍ਰਿਤ ਸਰ ਸਿਫਤੀ ਦਾ ਘਰ। ਮਹਾਰਾਜ ਗਏ ਜ਼ਰੂਰ, ਜਦੋਂ ਉੱਥੇ ਟੇਕਿਆ ਮੱਥਾ, ਫਿਰ ਉੱਥੋਂ ਚੱਲ ਕੇ ਗੁਰਮੁਖ ਪਿਆਰਿਓ ਬੱਲਾ ਪਿੰਡ ਆਏ ਸੀ। ਅੰਮ੍ਰਿਤਸਰ ਤੋਂ ਜਿਹੜੀ ਅਟਾਰੀ ਬਾਰਡਰ ਨੂੰ ਵੱਡੀ ਸੜਕ ਜਾਂਦੀ ਹੈ ਨਾ, ਰੋਡ ਨਵਾਂ ਬਣਿਆ, ਉਸ ਦੇ ਉੱਤੇ ਪੈਂਦਾ ਗੁਰਮੁਖ ਪਿਆਰਿਓ। ਅੰਮ੍ਰਿਤਸਰ ਤੋਂ 4 ਕੋਹ ਵਾਟ ਪੈਂਦੀ ਹੈ ਬੱਲਾ ਪਿੰਡ। ਉੱਥੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਆਏ, ਵਾਰ ਵਾਰ ਕੀਤਾ ਡੇਰਾ, ਅਤੇ ਅੰਮ੍ਰਿਤਸਰ ਦੀਆਂ ਮਾਈਆਂ ਨੂੰ ਪਤਾ ਲੱਗ ਗਿਆ ਗੁਰਮੁਖ ਕਿ ਗੁਰੂ ਜੀ ਆਏ ਸੀ। ਇੱਥੋਂ ਦੇ ਮਸੰਦਾਂ ਨੇ ਸਤਿਕਾਰ ਤਾਂ ਕੀ ਕਰਨਾ ਸੀ ਉਹਨਾਂ ਦਾ, ਅਤੇ ਮੱਥਾ ਵੀ ਨਹੀਂ ਟੇਕਣ ਦਿੱਤਾ। ਫਿਰ ਅੰਮ੍ਰਿਤਸਰ ਦੀਆਂ ਬੀਬੀਆਂ ਇਕੱਠੀਆਂ ਹੋਈਆਂ, ਪ੍ਰਸ਼ਾਦੇ ਦਾਲਾਂ ਸਬਜ਼ੀਆਂ ਖੀਰ ਪ੍ਰਸ਼ਾਦ ਬਣਾ ਕੇ ਬਾਲਟੀਆਂ ਟੋਕਰੇ ਭਰ ਕੇ ਫਿਰ ਮਾਈਆਂ ਬੱਲੇ ਪਿੰਡ ਜਾ ਕੇ ਮਿਲੀਆਂ। ਜਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਕੀਤੀ ਨਮਸਕਾਰ, ਮੱਥਾ ਟੇਕਿਆ, ਨਾਲੇ ਖਿਮਾ ਮੰਗੀ, ਸੱਚੇ ਪਾਤਸ਼ਾਹ ਮਾਫ਼ੀ ਦੇ ਦਿਓ, ਸਾਨੂੰ ਪਹਿਲਾਂ ਪਤਾ ਨਹੀਂ ਲੱਗਿਆ, ਨਹੀਂ ਅਸੀਂ ਤੁਹਾਨੂੰ ਵਾਪਸ ਆਉਣ ਹੀ ਨਹੀਂ ਸੀ ਦੇਣਾ, ਹੁਣ ਕਿਰਪਾ ਕਰ ਦਿਓ, ਤੁਸੀਂ ਤਾਂ ਦਇਆ ਦੇ ਸਾਗਰ ਹੋ, ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹੋ, ਅਤੇ ਅਸੀਂ ਤਾਂ ਪਾਪੀ ਜੀਵ ਹਾਂ, ਅਸੀਂ ਖੱਤੇ ਬਹੁਤ ਕਮਾਮਦੇ, ਕਿਸ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੇ ਹੋ, ਹਾਂ ਪਾਪੀ ਵੱਡ ਗੁਣ ਹੈਗਾ। ਲਓ ਪੜ੍ਹਿਓ ਬੇਨਤੀ ਕੀ ਹੈ, ਉਹਨਾਂ ਬਹਾਨੇ ਆਪਣੀ ਸੁਣੀ ਜਾਵੇ ਗੁਰਮੁਖ। ਬੇਨਤੀ ਕੀਤੀ ਸੀ ਸਾਨੂੰ ਬਖਸ਼ ਗੁਨਾਈਆਂ ਨੂੰ, ਤੈਨੂੰ ਬਖਸ਼ ਨਹਾਰਾ ਕਹਿੰਦੇ, ਸਾਨੂੰ ਬਖਸ਼ ਗੁਨਾਈਆਂ ਨੂੰ, ਤੈਨੂੰ ਬਖਸ਼ ਨਹਾਰਾ ਕਹਿੰਦੇ, ਬਖਸ਼ ਗੁਨਾਈਆਂ ਨੂੰ ਤੈਨੂੰ ਬਖਸ਼ ਨਹਾਰਾ ਕਹਿੰਦੇ, ਸਾਨੂੰ 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 ਬਖਸ਼ ਗੁਨਾਈਆਂ ਨੂੰ ਤੈਨੂੰ ਬਖਸ਼ ਨਹਾਰਾ ਕਹਿੰਦੇ। ਜਦੋਂ ਬੱਲੇ ਪਿੰਡ ਜਾ ਕੇ ਮਾਈਆਂ ਨੇ ਕੀਤੀ ਬੇਨਤੀ, ਨਾਲੇ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਲੰਗਰ ਪ੍ਰਵਾਨ ਕੀਤਾ, ਆਪ ਵੀ ਛਕਿਆ, ਸੰਗਤਾਂ ਨੂੰ ਵੀ ਛਕਾਇਆ, ਅਤੇ ਨਾਲੇ ਉੱਥੇ ਵਚਨ ਕੀਤਾ ਸੀ ਮਾਈਆਂ ਰੱਬ ਰਜਾਈਆਂ
ਸੇਵਾ ਲਾਈਆਂ। ਇਹ ਉੱਥੇ ਬਚਨ ਹੋਇਆ, ਮਾਈਆਂ ਰੱਬ ਰਜਾਈਆਂ ਸੇਵਾ ਲਾਈਆਂ। ਅਤੇ ਹੁਣ ਵੀ ਦੇਖੋ ਪਿਆਰਿਓ, ਅੰਮ੍ਰਿਤਸਰ ਸਾਹਿਬ ਜਦੋਂ ਜਾਂਦੇ ਹੋ, ਸਵੇਰੇ ਸਵੇਰੇ ਸਰੋਵਰ ਦੇ ਆਲੇ ਦੁਆਲੇ ਚਾਹ ਵਰਤਾਈ ਜਾਂਦੀ ਹੈ ਜਾਂ ਜਲ ਛਕਾਇਆ ਜਾਂਦਾ ਸੰਗਤਾਂ ਨੂੰ, ਜ਼ਿਆਦਾਤਰ ਉੱਥੇ ਮਾਈਆਂ ਹੀ ਸੇਵਾ ਕਰਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਕੇ ਮਾਈਆਂ ਰੱਬ ਰਜਾਈਆਂ ਸੇਵਾ ਲਾਈਆਂ, ਬੱਲੇ ਪਿੰਡ ਜਾ ਕੇ ਫਿਰ ਉਹ ਮਾਈਆਂ ਨੇ ਖਿਮਾ ਮੰਗ ਲਈ ਸੀ। ਆਖੋ ਸਤਨਾਮ। ਤਾਂ ਉਸ ਵੇਲੇ ਪਿਆਰਿਓ ਫਿਰ ਬੱਲੇ ਤੋਂ ਚੱਲੇ, ਅੱਗੇ ਚੱਲਦੇ ਚੱਲਦੇ ਕਰਤਾਰਪੁਰ ਸਾਹਿਬ ਗਏ ਸੀ, ਜਿਹੜਾ ਜਲੰਧਰ ਜ਼ਿਲ੍ਹੇ 'ਚ ਪੈਂਦਾ। ਉੱਥੇ ਵੀ ਧੀਰਮਲ ਦੇ ਪਰਿਵਾਰ ਦਾ ਕਬਜ਼ਾ ਸੀ ਅਤੇ ਉੱਥੇ ਵੀ ਗੁਰਮੁਖ ਪਿਆਰਿਓ ਫਿਰ ਕੁਛ ਸਮਾਂ ਮਹਾਰਾਜ ਟੇਕੇ ਕੀਰਤਪੁਰ ਸਾਹਿਬ ਆਏ। ਕੀਰਤਪੁਰ ਸਾਹਿਬ ਆ ਜਿੱਥੇ ਫੁੱਲ ਪਾਉਣ ਜਾਂਦੇ ਹੋ ਨਾ, ਗੁਰਦੁਆਰਾ ਪਤਾਲਪੁਰੀ ਸਾਹਿਬ। ਇਹ ਪਤਾ ਤੁਹਾਨੂੰ ਕਦੋਂ ਤੋਂ ਸ਼ੁਰੂ ਹੋਏ? ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰੀਰ ਛੱਡਿਆ, ਉਹਨਾਂ ਨੇ ਬਚਨ ਕੀਤਾ ਸੀ ਵੀ ਸਾਡੇ ਫੁੱਲ ਨਹੀਂ ਚੁਗਣੇ। ਪੂਰੇ ਦੇ ਪੂਰੇ ਸਿਵੇ ਦੀ ਕਹਿ ਲਓ ਰਾਖ ਇਕੱਠੀ ਕਰਕੇ ਸਾਰੀ ਸਾਰੀ ਦੀ ਸਾਰੀ ਦਰਿਆ 'ਚ ਪਾ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਅੰਗੀਠਾ ਸੀ, ਫਿਰ ਉਹ ਅੰਗੀਠੇ ਦੇ ਫੁੱਲ ਨਹੀਂ ਚੁਗੇ, ਵਿੱਚੇ ਰਾਖ ਸਭ ਕੁਛ ਇਕੱਠਾ ਕਰਕੇ ਅਰਦਾਸ ਕਰਕੇ ਗੁਰਮੁਖ ਪਿਆਰਿਓ ਜਿੱਥੇ ਗੁਰਦੁਆਰਾ ਪਤਾਲਪੁਰੀ ਸਾਹਿਬ ਹੈ ਨਾ, ਕੀਰਤਪੁਰ ਸਾਹਿਬ, ਉੱਥੇ ਉਹ ਜਲ ਦੇ ਵਿੱਚ ਪ੍ਰਵਾਹ ਕੀਤਾ ਸੀ। ਉਦੋਂ ਬਾਅਦ ਸੰਗਤਾਂ ਸ਼ਰਧਾ ਨਾਲ ਉੱਥੇ ਜਾਂਦੀਆਂ, ਫਿਰ ਸਿੱਖਾਂ ਦੇ ਅਸਥ ਅਤੇ ਜਾਂ ਸਮੇਤ ਰਾਖ ਹੀ ਉੱਥੇ ਲੈ ਕੇ ਜਾਂਦੇ ਹੈ। ਅਤੇ ਗੁਰੂ ਮਹਾਰਾਜ ਨੇ ਭਾਵੇਂ ਕਿਸੇ ਵੱਖਰੇ ਸਥਾਨ ਨੂੰ ਪਹਿਲ ਨਹੀਂ ਸੀ ਦਿੱਤੀ, ਚਲੋ ਸ਼ਰਧਾ ਗੁਰਮੁਖ ਪਿਆਰਿਓ ਮੈਂ ਇਸ ਪਾਸੇ ਨਹੀਂ ਜਾਂਦਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਕੁਛ ਸਮਾਂ ਮਹਾਰਾਜ ਕੀਰਤਪੁਰ ਸਾਹਿਬ ਰਹੇ, ਉੱਥੇ ਵੀ ਫਿਰ ਜਦੋਂ ਟਿਕਾਣਾ ਬਹੁਤਾ ਨਾ ਬਣਿਆ, ਥੋੜ੍ਹਾ ਜਿਹਾ ਥੜਾ ਮਹਾਰਾਜ ਨੇ ਤਿਆਰ ਕਰਵਾਇਆ ਸੀ। ਉਦੋਂ ਬਾਅਦ ਫਿਰ ਭੀਮ ਚੰਦ ਦੇ ਪਿਤਾ ਤਾਰਾ ਚੰਦ ਨਾਲ ਸਲਾਹ ਕਰਕੇ ਮਾਖੋਵਾਲ ਦੀ ਜਗ੍ਹਾ ਮੁੱਲ ਖਰੀਦੀ ਸੀ। ਬਾਬਾ ਬੁੱਢਾ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਤੋਂ ਸ੍ਰੀ ਅਨੰਦਪੁਰ ਸਾਹਿਬ ਦਾ ਟੱਕ ਲਵਾਇਆ ਸੀ। ਆਖੋ ਸਤਨਾਮ। ਸੋ ਇਸ ਤਰ੍ਹਾਂ ਭਾਈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਬਤੀਤ ਹੋਇਆ। ਵਿਚਾਰਾਂ ਤਾਂ ਬਹੁਤ ਕਰਨ ਨੂੰ ਜੀ ਕਰਦਾ, ਪ੍ਰੇਮ ਅਦਬ ਨਾਲ ਬੈਠ ਕੇ ਤੁਸੀਂ ਸੁਣ ਰਹੇ ਹੋ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਂ ਆਪ ਜੀ ਤੋਂ ਮਾਫ਼ੀ ਮੰਗਦਾ। ਮਹਾਰਾਜ ਨੇ ਫਿਰ ਕਦੇ ਕਿਰਪਾ ਕੀਤੀ, ਸਤਸੰਗ ਦੀਆਂ ਘੜੀਆਂ ਮਿਲੀਆਂ ਅਤੇ ਆਪਾਂ ਰਲ ਮਿਲ ਕਰਕੇ ਅਗਲਾ ਜੀਵਨ ਵਿਚਾਰਾਂਗੇ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿੱਥੇ ਵੀ ਕਿਤੇ ਚਰਨ ਪਾ ਗਏ, ਅੱਜ ਉਹ ਥਾਵਾਂ ਪੂਜਣ ਯੋਗ ਹੋ ਗਈਆਂ। ਕੋਈ ਮਾਣ ਨਹੀਂ, ਕੋਈ ਹੋਮੈ ਨਹੀਂ, ਕੋਈ ਬੁਰਾ ਕਹੇ ਭਾਵੇਂ ਕੋਈ ਭਲਾ ਕਹੇ, ਕੋਈ ਅਸਰ ਨਹੀਂ ਸੀ। ਗੁਰਮੁਖ ਪਿਆਰਿਓ ਨਿੰਦਿਆ ਉਸ ਦਾ ਤਿਆਗ ਕੇ ਪਰਮਾਤਮਾ ਦੀ ਭਗਤੀ ਕੀਤੀ, ਸੰਸਾਰੀ ਜੀਵਾਂ ਦਾ ਭਲਾ ਕੀਤਾ, ਸੇਵਾ ਕੀਤੀ। ਅੱਜ ਮਾਣ ਨਾਲ ਕਹਿੰਦੇ ਹਾਂ ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਲਓ ਇੰਨੀ ਕੀ ਬੇਨਤੀ ਪ੍ਰਵਾਨ ਕਰ ਲਿਓ। ਵਿਚਾਰ ਕਰਦੇ ਹਾਂ ਗੁਰਬਾਣੀ ਜਾਂ ਇਤਿਹਾਸ ਦੀ ਵਿਚਾਰ ਕਰਦੇ ਹਾਂ, ਹੋਈਆਂ ਤਮਾਮ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਅਤੇ ਨਾਲ ਨਾਲ ਭਾਈ ਜ਼ਰੂਰੀ ਬੇਨਤੀ ਹੈ ਆਪਣੇ ਘਰਾਂ ਦੇ ਵਿੱਚ ਵੱਧ ਤੋਂ ਵੱਧ ਸਿਮਰਨ ਕਰਨ। ਕੁਛ ਤਾਂ ਦੇਖੋ ਕਰੋਨਾ ਮਹਾਂਮਾਰੀ ਚੱਲ ਰਹੀ ਹੈ, ਕੁਛ ਕਿਸਾਨ ਮਜ਼ਦੂਰ ਅੰਦੋਲਨ ਚੱਲ ਰਿਹਾ ਹੈ, ਹਰ ਵਰਗ ਹੀ ਦੁਖੀ ਹੈ ਗੁਰਮੁਖ ਪਿਆਰਿਓ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਦੁਖੀ ਸਾਰੇ ਹੀ ਹਾਂ।
ਅਤੇ ਆਪਣਾ ਤਾਂ ਫਰਜ਼ ਏ ਬਣਦਾ ਹੈ। ਮਾਲਕ ਦੇ ਚਰਨਾਂ 'ਚ ਅਰਦਾਸ ਕਰੀਏ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉੱਭਰੇ ਤੇ ਧੱਲੇ ਹੋ ਉਬਾਰ, ਕਿ ਹੇ ਵਾਹਿਗੁਰੂ ਸਾਡੇ ਬਲ ਦੇ ਸੰਸਾਰ ਨੂੰ ਸ਼ਾਂਤੀ ਬਖਸ਼ੋ। ਅਰਦਾਸ ਵੀ ਕਰੋ ਦੁਖੀਆਂ ਦੇ, ਰੋਗੀਆਂ ਦੇ, ਸਮੁੱਚੇ ਸੰਸਾਰ ਦੇ ਭਲੇ ਵਾਸਤੇ ਵੱਧ ਤੋਂ ਵੱਧ ਸਿਮਰਨ ਜ਼ਰੂਰ ਕਰਿਆ ਕਰੋ ਭਾਈ, ਅਤੇ ਬਾਕੀ ਆਪੋ ਆਪਣਾ ਬਚਾਅ ਵੀ ਰੱਖੋ, ਮਰਿਆਦਾ ਵਿੱਚ ਆਓ, ਇਸੇ ਵਿੱਚ ਹੀ ਸਾਡਾ ਭਲਾ ਹੈ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਪਠਾਨਕੋਟ ਵਾਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਗੁਰੂ ਘਰ ਦੀਆਂ ਵਿਚਾਰਾਂ ਆਪਾਂ ਸਾਂਝੀਆਂ ਕੀਤੀਆਂ। ਸੋ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ, ਆਓ ਸਾਰੇ ਰਲ ਕੇ ਆਨੰਦ ਸਾਹਿਬ ਵਿੱਚ ਬੋਲੋ ਜੀ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਗਾਵੋ ਹਰੀ ਤੇਰਾ ਮਨ ਜਿਨੀ ਬਤਾਇਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਅਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਂਗਲਾ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਨਾਨਕ ਮਨ ਮੇਰੇ ਸਦਾ ਰੋਣਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਕਿਛ ਦੇ ਤੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾ ਗਏ ਨਾਮ ਜਿਨ ਕੈ ਮਨ ਬਚਿਆ ਵਾਜੇ ਸ਼ਬਦ ਤੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਦਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬੈਠੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਪੰਚ ਸ਼ਬਦ ਤਿਤ ਕਰ ਸੁਪਾਗੈ ਕਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਧ ਵਾਚ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਨਾਨਕ
ਸਹਿ ਸੁਖਵਾਦ ਕਰ ਅਨੰਦ ਵਾਦੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸੰਤ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਨਾਨਕ ਗੁਰ ਚਰਨ ਰਾਜ ਵਾਜੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ ਬਾਚੈ ਧਰ ਮਹਦੂਰ ਕਰਮੀ ਆਪੋ ਆਪਣੀ ਤੇ ਨੇੜੇ ਤੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕਲੂਸ਼ਲੇ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਕੀਤੀ ਛੁੱਟੀ ਨਾਲ ਸੋ ਜਿੱਥੇ ਇੰਨਾ ਸਮਾਂ ਬੈਠ ਕੇ ਪਿਆਰ ਦਾ ਸਬੂਤ ਦਿੱਤਾ ਦੋ ਮਿੰਟ ਸਾਰੀ ਸੰਗਤ ਆਪਾਂ ਸਿਮਰਨ ਕਰਨਾ ਭਾਈ ਸਾਰੀ ਸੰਗਤ ਬੋਲੋ ਜੀ ਵਾਹਿਗੁਰੂ 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 ਸਾਰੇ ਜਪੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।